अमरदास गुर हृदय त्यावो श्री गुरु राम दास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहो तेग बहादुर परम कृपाला परम कृपाला श्री गुरु गोविंद सिंह विशाला तरो तरा पर पुन पुन सीसा पुन सीसा बंद हो बार बार जगदीशा तरो तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए धन धन सच्चे पातशाह गरीब नवाज दीन दुनिया दे मालक चबर शतर तखत दे मालक हाजरा हजूर जहरा जहूर सर्ब कला भरपूर लोक परलोक के रखियक शब्दा अवतार सच्चे पातशाह दासा गरीबां दी इज्जत रखण वाले पत रखण वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर बख्शिशां दे समुंदर सच्चे पातशाह सच्चे पातशाह गरीब नवाज चबर छतर तखत दे मालक वड्डी समर्था दे मालक हाजरा हजूर सच्चे पातशाह सर्ब कला भरपूर समर्थ गुरु प्रतख गुरु धन धन सच्चे पातशाह धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज बड़े ही प्रेम दे नाल सब सिख संगत दोवें हथ जोड़ के प्रेम दे नाल सारी संगत हाजरी लवाओ कहो जी धन धन श्री गुरु ग्रंथ साहिब जी महाराज 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 सच्चे पातशाह गरीब नवाज जी दी पवित्र गुरबाणी दा कीर्तन आप जी सुन रहे सी हजूर सच्चे पातशाह जी दी पवित्र हाजरी विच बैठण दा गुरु जी दी गुरबाणी दा कीर्तन सुनण दा सतगुरु जी दे जीवन दी पवित्र कथा सुनन दा शुभ मौका गुरु जी दी कृपा दे नाल सानू प्राप्त होया है सच्चे पातशाह ने बड़ी कृपा कीती है दया कीती है आप जी गुरबाणी दा पवित्र कीर्तन सुन रहे सीगे
ਸਾਰੰਗ ਮਹੱਲਾ ਪੰਜਵਾਂ। ਸਾਰੰਗ ਰਾਜ ਰਾਗ ਦੇ ਵਿੱਚ ਸ਼ਬਦ ਹੈ, ਸ਼ਬਦ ਦੇ ਵਿੱਚੋਂ ਭਾਈ ਸਾਹਿਬ ਜੀ ਨੇ ਗੁਰਬਾਣੀ ਦੀ ਪੰਕਤੀ ਨੂੰ ਟੇਕ ਬਣਾ ਕੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਇਆ। ਜਿਸ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਪੰਕਤੀਆਂ 'ਚ ਸਾਡੇ 'ਤੇ ਕਿਰਪਾ ਕੀਤੀ, ਸਿੱਧੀ ਰੱਬ ਨਾਲ ਗੱਲ ਕਰਨ ਦਾ ਤਰੀਕਾ ਮਹਾਰਾਜ ਨੇ ਸਾਨੂੰ ਦੱਸਿਆ ਜੀ, ਸਿੱਧਾ ਪਰਮੇਸ਼ਰ ਦੇ ਨਾਲ ਗੱਲ ਕਿਵੇਂ ਕੀਤੀ ਜਾਏਗੀ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ ਧਰਿਆ ਧਰ, ਹਾਂਜੀ, ਜਿਨ੍ਹਾਂ ਦੀ ਕੋਈ ਧਿਰ ਨਹੀਂ ਹੈਗੀ ਜੀ, ਵਾਹਿਗੁਰੂ ਉਹਨਾਂ ਦੀ ਧਿਰ ਹੁੰਦੀ ਹੈ ਜੀ। ਚਾਰ ਪੰਜ ਬੰਦੇ ਆਪਣੇ ਮਗਰ ਲਾ ਕੇ ਧਿਰ ਬਣਾ ਲੈਣੀ ਬੜੀ ਸੌਖੀ ਜੀ ਗੱਲ ਹੈਗੀ ਸੰਗਤ ਜੀ। ਚਾਰ ਪੰਜ ਬੰਦੇ ਲੈ ਬਣਾ ਕੇ ਨਾ ਜੀ ਆਪਣੇ ਮਗਰ ਲਾ ਕੇ ਤੇ ਧਿਰ ਬਣਾ ਲੈਣੀ ਸੌਖੀ ਗੱਲ ਹੈਗੀ ਹੈ ਜੀ। ਪਰ ਗੁਰਮੁਖੋ, ਜਿਹਦੇ ਮਗਰ ਵਾਹਿਗੁਰੂ ਲੱਗ ਗਿਆ, ਭਾਵ ਜਿਹਦੇ ਜੋ ਪਰਮੇਸ਼ਰ ਦੇ ਮਗਰ ਲੱਗ ਗਿਆ, ਉਹਦੀ ਧਿਰ ਸਭ ਤੋਂ ਵੱਡੀ ਹੁੰਦੀ ਹੈ ਜੀ। ਜਿਹਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ, ਕਹਿਣ ਲੱਗੇ ਅਸੀਂ ਰੱਬ ਨਾਲ ਧੜਾ ਕੀਤਾ, ਕਹਿਣ ਲੱਗੇ ਸਾਡਾ ਧੜਾ ਰੱਬ ਹੀ ਹੈ, ਕਹਿਣ ਲੱਗੇ ਹੋਰ ਕੋਈ ਧੜਾ ਨਹੀਂ ਹੈਗਾ ਸਾਡਾ। ਨਿਗਤਿਆਂ ਗਤ ਨਿਥਾਵਿਆਂ ਤੂੰ ਥਾਓ, ਹੇ ਵਾਹਿਗੁਰੂ ਜਿਨ੍ਹਾਂ ਦੀ ਗਤੀ ਕੋਈ ਨਹੀਂ ਕਰ ਸਕਦਾ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ, ਉਹਨਾਂ ਦੀ ਗਤੀ ਵਾਹਿਗੁਰੂ ਜੀ ਤੁਸੀਂ ਕਰ ਸਕਦੇ ਹੋ ਜੀ। ਜਿਨ੍ਹਾਂ ਦਾ ਥਾਂ ਇਸ ਦੁਨੀਆਂ 'ਤੇ ਕੋਈ ਨਹੀਂ ਹੈਗੀ, ਉਹਨਾਂ ਦੀ ਥਾਂ ਸੱਚੇ ਪਾਤਸ਼ਾਹ ਤੁਸੀਂ ਹੋ ਪਰਮੇਸ਼ਰ ਜੀ। ਔਰ ਮਾਨੋ ਇਹ ਬਚਨ ਸੱਚੇ ਪਾਤਸ਼ਾਹ ਨੇ ਆਪਣੇ ਗੁਰਦੇਵ ਸਤਿਗੁਰੂ ਜੀ ਲਈ ਵੀ ਵਰਤੇ ਹੋਣ ਜੀ। ਕਿਹੜੇ? ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਬੜੇ ਪ੍ਰੇਮ ਨਾਲ ਸਾਰੇ ਕਹੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਬਾਰੇ ਗੁਰੂ ਸਾਹਿਬ ਨੇ ਆਖਿਆ ਸੀ, ਨਿਮਾਣਿਆਂ ਦੇ ਮਾਣ ਨੇ, ਨਿਓਟਿਆਂ ਦੀ ਓਟ ਹਨ, ਨਿਆਸਰਿਆਂ ਦੇ ਆਸਰੇ ਹਨ, ਨਿਗਤਿਆਂ ਦੀ ਗਤ ਹਨ, ਨਿਪੱਤਿਆਂ ਦੀ ਪਤ ਹਨ, ਨਿਧਿਰਿਆਂ ਦੀ ਧਿਰ ਹਨ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਸੋ ਆਪ ਜੀ ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਭਾਈ ਸਾਹਿਬ ਜੀ ਦੇ ਕੋਲੋਂ ਸਰਵਣ ਕਰ ਰਹੇ ਸੀ। ਜਿਸ ਕੀਰਤਨ ਨੂੰ ਸੁਣਿਆ ਬੰਦੇ ਦੇ ਪੁੰਨਾਂ ਵਿੱਚ ਵਾਧਾ ਹੋ ਜਾਂਦਾ ਸੰਗਤ ਜੀ। ਮਾੜੇ ਕਰਮ ਹੋਣ ਬੰਦੇ ਦੇ ਤੇ ਪਤਾ ਉਹ ਕੀ ਕਰੇ, ਜਿੱਥੇ ਕੋਈ ਰੱਬ ਦਾ ਪਿਆਰਾ ਗੁਰਬਾਣੀ ਦਾ ਕੀਰਤਨ ਕਰ ਰਿਹਾ, ਜਾ ਕੇ ਕੀਰਤਨ ਸੁਣੇ ਜੀ ਉਹ ਜੀ। ਕੀਰਤਨ ਸੁਣਿਆ ਬੰਦੇ ਦੇ ਪਾਪ ਨਾਸ ਹੁੰਦੇ ਤੇ ਪੁੰਨਾਂ ਦੇ ਵਿੱਚ ਵਾਧਾ ਹੋ ਜਾਂਦਾ ਜੀ। ਆਹ ਜਿੰਨੇ ਸਾਨੂੰ ਸਾਡੀ ਜ਼ਿੰਦਗੀ ਵਿੱਚ ਸੁੱਖ ਮਿਲੇ ਨਾ ਸੰਗਤ ਜੀ, ਇਹ ਬੰਦੇ ਦੇ ਪੁੰਨਾਂ ਕਰਕੇ ਮਿਲੇ ਨੇ ਜੀ, ਭਾਵ ਸ਼ੁਭ ਕਰਮਾਂ ਦੇ ਕਰਕੇ ਮਿਲੇ ਨੇ। ਚੰਗੇ ਪੁੰਨ ਹੋਣਗੇ, ਚੰਗੀ ਪਦਵੀ ਬੰਦੇ ਨੂੰ ਪ੍ਰਾਪਤ ਹੋ ਜਾਏਗੀ ਜ਼ਿੰਦਗੀ ਵਿੱਚ। ਚੰਗੇ ਪੁੰਨ ਹੋਣਗੇ, ਚੰਗਾ ਘਰ ਬੰਦੇ ਨੂੰ ਪ੍ਰਾਪਤ ਹੋ ਜਾਏਗਾ। ਇੱਥੋਂ ਤੱਕ ਚੰਗੇ ਪੁੰਨ ਹਨ ਅਤੇ ਬੜੇ ਸ੍ਰੇਸ਼ਟ ਮਾਤਾ ਪਿਤਾ ਮਨੁੱਖ ਨੂੰ ਮਿਲੇ ਹੋਏ ਨੇ ਜੀ। ਅਤੇ ਸੰਗਤ ਜੀ, ਬਹੁਤ ਜ਼ਿਆਦਾ ਚੰਗੇ ਪੁੰਨ ਹੋਣ ਨਾ ਕਿਸੇ ਦੇ ਬਹੁਤ ਜ਼ਿਆਦਾ, ਅਤੇ ਉਹਨਾਂ ਨੂੰ ਫਿਰ ਸੱਚੇ ਪਾਤਸ਼ਾਹ ਮਿਲਦੇ ਨੇ ਜੀ, ਭਾਵ ਗੁਰੂ ਸਾਹਿਬ ਦੀ ਪ੍ਰਾਪਤੀ ਹੁੰਦੀ ਉਹਨਾਂ ਨੂੰ ਜਿਨ੍ਹਾਂ ਦੇ ਬੜੇ ਚੰਗੇ ਪੁੰਨ ਹੋਣ ਜੀ। ਸੋ ਕੀਰਤਨ ਸੁਣਿਆ ਬੰਦੇ ਦੇ ਪੁੰਨਾਂ ਦੇ ਵਿੱਚ ਵਾਧਾ ਹੁੰਦਾ, ਕੀਰਤਨ ਸੁਣਿਆ ਕਰੋ ਸੰਗਤ ਜੀ, ਕੀਰਤਨ ਸੁਣਿਆ ਬੰਦੇ ਦੇ ਪੁੰਨਾਂ ਵਿੱਚ ਵਾਧਾ ਹੁੰਦਾ, ਕਥਾ ਸੁਣਿਆ ਬੰਦੇ ਦੇ ਪੁੰਨ ਵੱਧਦੇ ਨੇ, ਦੁੱਖ ਪਾਪ ਬੰਦੇ ਦੇ ਨੇੜੇ ਨਹੀਂ ਆਉਂਦੇ ਸੰਗਤ ਜੀ। ਆਓ ਬੜੇ ਪ੍ਰੇਮ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਕਥਾ ਆਪ ਸਭ ਸੰਗਤ ਬੜੇ ਪ੍ਰੇਮ ਨਾਲ ਸੁਣ ਰਹੇ ਹੋ। ਸਾਰੀ ਸੰਗਤ ਪ੍ਰੇਮ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਦਿੱਲੀ ਦੀ ਧਰਤੀ ਸੰਗਤ ਜੀ ਹਿੱਲ ਗਈ, ਔਰੰਗਜ਼ੇਬ ਦੀ ਗੱਦੀ ਹਿੱਲ ਗਈ ਜਦੋਂ ਮੇਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਧੜ ਤੋਂ ਸੀਸ ਵੱਖਰਾ ਹੋਇਆ ਜੀ। ਉਹਨਾਂ ਬੰਦਿਆਂ ਨੇ ਆ ਕੇ ਔਰੰਗਜ਼ੇਬ ਨੂੰ ਦੱਸਿਆ, ਖਾਸ ਕਰਕੇ ਸੱਯਦ ਨੇ, ਬਾਦਸ਼ਾਹ ਤੁਹਾਡੇ ਕਹਿਣ 'ਤੇ ਅਸੀਂ ਗੁਰੂ ਜੀ ਦੇ ਕੋਲ ਗਏ, ਪਿੰਜਰੇ 'ਚੋਂ ਬਾਹਰ ਕੱਢਿਆ, ਕੁਝ ਗੱਲਾਂ ਸਮਝਾਈਆਂ, ਉਹ ਸਮਝੇ ਨਾ, ਅਤੇ ਜਿਹੜੀ ਚੌਂਕ ਵਿੱਚ ਖੂਹੀ ਹੈ ਉਸ ਖੂਹੀ ਦੇ ਜਲ ਨਾਲ ਉਹਨਾਂ ਨੇ ਇਸ਼ਨਾਨ ਕੀਤਾ, ਰੁੱਖ ਦੇ ਹੇਠਾਂ ਬੈਠ ਕੇ ਕਲਾਮ ਪੜ੍ਹੀ। ਕਹਿਣ ਲੱਗਾ ਬਾਦਸ਼ਾਹ, ਜਦੋਂ ਮੈਂ ਆਪਣੀ ਤਾਕਤ ਨਾਲ ਆਪਣੇ ਬਲ ਦੇ ਨਾਲ
ਗੁਰੂ ਜੀ ਦੇ ਸੀਸ ਉੱਤੇ ਤਲਵਾਰ ਚਲਾਈ, ਤੇਗ ਚਲਾਈ। ਮੇਰੀ ਤੇਗ ਚੱਲਣ ਤੋਂ ਪਹਿਲਾਂ ਹੀ ਗੁਰੂ ਜੀ ਦਾ ਸੀਸ ਵੱਖਰਾ ਹੋਇਆ ਹੋਇਆ ਸੀ। ਕਹਿਣ ਲੱਗਾ, ਸਮਝ ਨਹੀਂ ਆਈ। ਕਹਿਣ ਲੱਗਾ, ਬੜੀਆਂ ਹਨੇਰੀਆਂ ਚੱਲ ਰਹੀਆਂ ਸੰਗਤ ਜੀ, ਹਨੇਰੀ ਬੰਦ ਹੀ ਨਹੀਂ ਸੀ ਹੋ ਰਹੀ ਜੀ, ਹਨੇਰੀ ਬੰਦ ਹੋਣ ਦਾ ਨਾਂ ਨਹੀਂ ਸੀ ਲੈ ਰਹੀ ਜੀ। ਇਹ ਹਿੰਦੂ ਧਰਮ ਦੀ ਚਾਦਰ ਬਣੇ ਗੁਰੂ ਤੇਗ ਬਹਾਦਰ ਸਾਹਿਬ, ਮਾਫ ਕਰਿਓ, ਧਰਮ ਦੀ ਚਾਦਰ ਬਣੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਬਾਰੇ ਉਹ ਦੱਸ ਰਿਹਾ। ਕਹਿਣ ਲੱਗਾ, ਭਾਈ ਤੁਹਾਡੀ ਕਿਰਪਾਨ ਤਲਵਾਰ, ਉਵੇਂ ਇਹਦੇ 'ਤੇ ਧਾਗਾ ਬੱਜਾ ਚੇਤੇ, ਉਵੇਂ ਹੀ ਇਹਦੇ 'ਤੇ ਕਾਗਜ਼ ਲਪੇਟਿਆ, ਕੁਝ ਵੀ ਨਹੀਂ ਵਿਗੜਿਆ। ਕਹਿਣ ਲੱਗਾ, ਜੇ ਤਲਵਾਰ ਸੀਸ ਨਾਲ ਛੂਹੀ ਜਾਂਦੀ ਤੇ ਧਾਗਾ ਕੱਟਿਆ ਜਾਣਾ ਸੀਗਾ, ਕੱਚਾ ਤੇ ਧਾਗਾ ਲਪੇਟਿਆ ਸੀਗਾ ਜੀ ਮਹਾਰਾਜ ਦੇ ਸੀਸ ਨੂੰ। ਕਹਿਣ ਲੱਗਾ, ਕੋਈ ਚੀਜ਼ ਨਹੀਂ ਛੂ ਪਾਈ ਜੀ। ਪਰ ਉਹ ਇੱਕ ਗੱਲ ਦੱਸਦੇ, ਕਹਿਣ ਲੱਗੇ, ਬਾਦਸ਼ਾਹ ਸੀਸ ਨਹੀਂ ਪਤਾ ਲੱਗਾ ਮਹਾਰਾਜ ਦਾ ਕਿੱਥੇ ਚਲੇ ਗਿਆ। ਕਹਿਣ ਲੱਗਾ, ਬੜੀ ਹਨੇਰੀ ਵਗ ਰਹੀ ਸੀ, ਜਿੰਨਾ ਚਿਰ ਤੱਕ ਸੀਸ ਧੜ 'ਤੇ ਸੀ ਉਹਨਾਂ ਚਿਰ ਤੱਕ ਸਾਨੂੰ ਦਰਸ਼ਨ ਹੋਏ, ਧੜ ਤੋਂ ਵੱਖਰਾ ਹੁੰਦਿਆਂ ਸਾਰੀ ਸੀਸ ਨਹੀਂ ਲੱਭਾ। ਪਤਾ ਨਹੀਂ ਉਹ ਜ਼ਮੀਨ ਦੇ ਵਿੱਚ ਹੀ ਸੀਸ ਮਹਾਰਾਜ ਦਾ ਪ੍ਰਵੇਸ਼ ਕਰ ਗਿਆ ਜਾਂ ਅਸਮਾਨ ਵਿੱਚ ਕਿਤੇ ਉੱਡ ਗਿਆ, ਮੈਨੂੰ ਪਤਾ ਨਹੀਂ ਲੱਗਾ ਜੀ। ਔਰੰਗਜ਼ੇਬ ਨੇ ਇਹ ਗੱਲ ਆਖੀ, ਜੇ ਉਹਨਾਂ ਦਾ ਸੀਸ ਨਹੀਂ ਨਾ ਲੱਭ ਰਿਹਾ ਤੇ ਹੁਣ ਧੜ ਦਾ ਧਿਆਨ ਰੱਖੋ, ਕਿਤੇ ਧਾੜੀ ਨਾ ਕੋਈ ਚੁੱਕ ਕੇ ਲੈ ਜੇ ਉਹਨਾਂ ਦਾ ਜੀ। ਦੂਜੇ ਪਾਸੇ ਉਹ ਵੇਖਣਾ ਚਾਹੁੰਦਾ ਸੀ ਵੀ ਦਿੱਲੀ ਵਿੱਚ ਕਿਹੜੇ ਕਿਹੜੇ ਸਿੱਖ ਰਹਿੰਦੇ ਨੇ ਜੀ। ਉਹਨੇ ਇਹ ਢਿੰਡੋਰਾ ਪਿਟਵਾਇਆ ਗਲੀ ਗਲੀ ਵਿੱਚ ਵੀ ਗੁਰੂ ਤੇ ਧੜ ਦੇ ਸਰੀਰ ਦਾ, ਵਾਹਿਗੁਰੂ ਗੁਰੂ ਦੇ ਧੜ ਦਾ ਸਸਕਾਰ ਕੋਈ ਕਰ ਜੋ ਆ ਕੇ ਜੀ। ਪਰ ਮਾਫ ਕਰਿਓ, ਡਰਾਕਲ ਲੋਕ ਡਰ ਜਾਂਦੇ ਜੀ। ਬਹੁਤ ਸਾਰੇ ਸਿੱਖ ਜਿਹੜੇ ਹੈ ਤੇ ਸਿੱਖ ਹੀ ਨੇ ਆਪਣੇ ਆਪ ਨੂੰ ਅਖਵਾਉਂਦੇ, ਪਰ ਉਹ ਇਸ ਗੱਲ ਤੋਂ ਡਰ ਗਏ ਵੀ ਜੇ ਆਪਾਂ ਮਹਾਰਾਜ ਦੇ ਸਰੀਰ ਦਾ ਕੀਤਾ ਸੰਸਕਾਰ, ਔਰੰਗਜ਼ੇਬ ਨੂੰ ਪਤਾ ਲੱਗ ਜਾਣਾ ਵੀ ਅਸੀਂ ਗੁਰੂ ਦੇ ਸਿੱਖ ਹਾਂ, ਤੇ ਔਰੰਗਜ਼ੇਬ ਨੇ ਸਾਡੇ ਟੱਬਰ ਨੂੰ ਮਰਵਾ ਦੇਣਾ ਜੀ ਸਾਰਿਆਂ ਨੂੰ ਜੀ, ਕਿਉਂ ਦੁਸ਼ਟ ਬਹੁਤ ਸੀ, ਜ਼ਾਲਮ ਬਹੁਤ ਸੀਗਾ ਜੀ। ਮਹਾਰਾਜ ਦਾ ਧੜ ਉੱਥੇ ਪਿਆ ਜੀ, ਸਿਪਾਹੀਆਂ ਦਾ ਪਹਿਰਾ ਲੱਗਾ ਹੋਇਆ ਜੀ ਗੁਰੂ ਸਾਹਿਬ ਜੀ ਦੇ ਧੜ ਉੱਤੇ ਜੀ। ਮਾਫ ਕਰਿਓ, ਕਦੇ ਸੁਰਤ ਕਰਕੇ ਬੰਦਾ ਉਸ ਦ੍ਰਿਸ਼ ਵਿੱਚ ਪਹੁੰਚੇ, ਰੁੱਖ ਦੇ ਹੇਠਾਂ ਇੱਕ ਪਾਸੇ ਗੁਰੂ ਸਾਹਿਬ ਦਾ ਧੜ ਪਿਆ ਤੇ ਸੰਗਤ ਜੀ ਉਸ ਧੜ 'ਤੇ ਗੁਰੂ ਜੀ ਦਾ ਸੀਸ ਨਹੀਂ ਹੈਗਾ ਜੀ, ਇਕੱਲਾ ਧੜ ਪਿਆ। ਤੁਸੀਂ ਮਹਿਸੂਸ ਕਰੋ ਕੈਸਾ ਲੱਗਦਾ ਹੋਏਗਾ ਜੀ ਉਹ। ਤੇ ਧੜ ਉਹ ਹੈ ਜਿਹਦੇ ਇੱਕ ਇੱਕ ਰੋਮ ਵਿੱਚ ਨਾਮ ਦੀਆਂ ਬਖਸ਼ਿਸ਼ਾਂ ਭਰੀਆਂ ਹੋਈਆਂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਹੈ ਸਾਧ ਸੰਗਤ। ਕਮਾਲ ਦੀ ਗੱਲ ਇਹ ਹੈ, ਗੁਰੂ ਘਰ ਦਾ ਕੋਈ ਦੇਣਾ ਨਹੀਂ ਦੇ ਸਕਦਾ। ਦਿੱਲੀ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਪਿਆ ਤੇ ਚੁੱਕਣ ਵਾਲੇ ਡਰ ਰਹੇ ਨੇ। ਸਰਹੰਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ ਤੇ ਗੁਰੂ ਸਾਹਿਬ ਦੇ ਪੋਤਰਿਆਂ ਦੇ ਧੜ ਪਏ ਸੀ ਤੇ ਉਦੋਂ ਵੀ ਚੁੱਕਣ ਵਾਲੇ ਡਰਦੇ ਸੀਗੇ ਜੀ। ਹਾਂਜੀ, ਹਿੰਦੁਸਤਾਨ ਦੀ ਇੱਜ਼ਤ ਰੱਖਣ ਵਾਸਤੇ ਸੱਚੇ ਪਾਤਸ਼ਾਹ ਨੇ ਕੀ ਕੁਝ ਨਹੀਂ ਕੀਤਾ ਸੰਗਤ ਜੀ, ਪਰ ਸਾਡੇ ਬੰਦਿਆਂ ਦੇ ਕੋਲੋਂ ਧੜ ਵੀ ਨਹੀਂ ਸਾਂਭਿਆ ਗਿਆ ਚੰਗੀ ਤਰ੍ਹਾਂ ਜੀ। ਸਰਹੰਦ ਦੀ ਧਰਤੀ 'ਤੇ ਛੋਟੇ ਸਾਹਿਬਜ਼ਾਦਿਆਂ ਦੇ ਸਰੀਰ ਪਏ ਹੋਏ ਸੀਗੇ ਜੀ, ਤੇ ਉਦੋਂ ਵੀ ਦੀਵਾਨ ਟੋਡਰ ਮੱਲ ਆਇਆ ਤੇ ਉਹਨੇ ਮਹਾਨ ਸੇਵਾ ਨਿਭਾਈ ਜੀ। ਮਾਤਾ ਜੀ ਦਾ ਸਰੀਰ ਤੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਉਹ ਚੁੱਕ ਕੇ ਲੈ ਕੇ ਗਿਆ ਜੀ। ਆਓ ਹੁਣ ਅੱਜ ਮਹਾਰਾਜ ਸਾਹਿਬ ਜੀ ਦਾ ਧੜ ਪਿਆ ਦਿੱਲੀ ਵਿੱਚ ਰੁੱਖ ਦੇ ਹੇਠਾਂ ਇੱਕ ਪਾਸੇ, ਜਿਸ ਧੜ 'ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਨਹੀਂ ਹੈਗਾ, ਇਕੱਲਾ ਧੜ ਹੈ। ਗੁਰੂ ਸਾਹਿਬ ਜੀ ਦੇ ਕੱਪੜਿਆਂ ਤੋਂ ਪਛਾਣਿਆ ਜਾਂਦਾ ਵੀ ਇਹ ਗੁਰੂ ਜੀ ਦਾ ਧੜ ਹੈ ਜੀ, ਇਹ ਗੁਰੂ ਜੀ ਦਾ ਧੜ ਹੈ। ਸੰਗਤ ਜੀ, ਧੜ ਤੋਂ ਸੀਸ ਲੱਥ ਗਿਆ ਹੋਵੇ ਤੇ ਬੰਦੇ ਦੀ ਪਛਾਣ ਕੋਈ ਨਹੀਂ ਰਹਿੰਦੀ, ਮੈਨੂੰ ਮਾਫ਼ ਕਰਿਓ ਜੀ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬੜੇ ਸਮਰੱਥ ਨੇ, ਬੜੇ ਵੱਡੇ ਨੇ, ਅਸੀਂ ਤਾਂ ਛੋਟੇ ਜਿਹੇ ਬੰਦੇ ਆ ਗਏ ਹਾਂ ਜੀ, ਫਿਰ ਵੀ ਬੜੀਆਂ ਬੜੀਆਂ ਵੱਡੀਆਂ ਗੱਲਾਂ ਇਤਿਹਾਸ ਵਿੱਚ ਕਰਨੀਆਂ ਪੈਂਦੀਆਂ ਜਿਨ੍ਹਾਂ ਨੂੰ ਕਰਨ ਲੱਗਿਆਂ ਸੋਚੀਦਾ। ਸਾਡੀ ਜ਼ੁਬਾਨ ਬੜੀ ਛੋਟੀ ਤੇ ਗੁਰੂ ਜੀ ਦੇ ਬਚਨ ਬੜੇ ਵੱਡੇ ਨੇ ਸੰਗਤ ਜੀ, ਪਤਾ ਨਹੀਂ ਆਪਾਂ ਕਿਵੇਂ ਉਹ ਬਚਨ ਕਰ ਸਕਦੇ ਹਾਂ ਜੀ। ਸੱਚੀ ਗੱਲ 'ਚ ਅਸੀਂ ਨਿੱਕੇ ਜਿਹੇ ਬੰਦੇ
ਐਡੇ ਵੱਡੇ ਪਾਤਸ਼ਾਹ ਦੀ ਸ਼ਾਨ ਵਿੱਚ ਸਾਨੂੰ ਬੋਲਣਾ ਚਾਹੀਦਾ, ਪਰ ਕੁਝ ਗੱਲਾਂ ਐਸੀਆਂ ਜਿਹੜੀਆਂ ਦੱਸਣੀਆਂ ਬਣਦੀਆਂ ਜੀ, ਔਰ ਮਜਬੂਰੀ ਵਿੱਚ ਦੱਸਣੀਆਂ ਪੈਂਦੀਆਂ ਸਾਧ ਸੰਗਤ ਜੀ। ਮੈਂ ਆਪ ਜੀ ਨੂੰ ਅੱਗੇ ਉਸ ਦਿਨ ਵੀ ਬੇਨਤੀ ਕੀਤੀ ਵੀ ਮਹਾਰਾਜ ਸਾਹਿਬ ਜੀ ਦੇ ਸੀਸ ਤੋਂ ਸਰੀਰ ਤੋਂ ਸੀਸ ਉਤਰਿਆ, ਇਹ ਕੋਈ ਅਸੀਂ ਸ਼ੌਂਕ ਦੇ ਨਾਲ ਨਹੀਂ ਕਥਾ ਕਰਦੇ ਜੀ। ਹਾਂਜੀ, ਮੇਰੇ ਦਾਸ ਵਾਸਤੇ ਸਭ ਤੋਂ ਔਖਾ ਕੰਮ ਪਤਾ ਕੀ ਹੁੰਦਾ ਜੀ? ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਅਰਜਨ ਸਾਹਿਬ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਸੁਣਾਉਣੇ ਜੀ। ਕਿਉਂ ਜੀ? ਕਥਾ ਵਾਚਕ ਮਸਾਲੇ ਲਾ ਲਾ ਕੇ ਗੱਲਾਂ ਸੁਣਾਉਂਦੇ ਨੇ ਜੀ, ਸੁਣਾਈਆਂ ਜਾਂਦੀਆਂ ਇਹ ਗੱਲਾਂ, ਪਰ ਸੱਚੀ ਗੱਲ ਇਹ ਹੈ ਇਹ ਬਚਨ ਬੜੇ ਵੱਡੇ ਹੈਗੇ, ਬੰਦੇ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ। ਜੀਭ ਬੜੀ ਛੋਟੀ ਹੈ ਅਤੇ ਜਿਸ ਪਾਤਸ਼ਾਹ ਦੇ ਬਾਰੇ ਬਚਨ ਹੋ ਰਿਹਾ ਉਹ ਪਾਤਸ਼ਾਹ ਬੜੇ ਵੱਡੇ ਨੇ ਜੀ। ਮਹਾਰਾਜ ਉਹ ਬੜੇ ਵੱਡੇ, ਪ੍ਰੇਮ ਨਾਲ ਸਾਰੇ ਕਹੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ, ਸਤਿਗੁਰੂ ਜੀ ਦੇ ਗੁਣ ਸਾਧ ਸੰਗਤ ਜੀ ਕੌਣ ਜਾਣ ਸਕਦਾ ਜੀ? ਕੋਈ ਗਿਆਨੀ ਧਿਆਨੀ ਪ੍ਰਚਾਰਕ ਗੁਰੂ ਜੀ ਦੇ ਗੁਣ ਨਹੀਂ ਗਾ ਸਕਦਾ ਜੀ। ਆਪਾਂ ਤੇ ਸਮਾਂ ਸਫਲਾ ਕਰਨ ਲਈ ਥੋੜੇ ਬਹੁਤੇ ਮਹਾਰਾਜ ਦੇ ਬਚਨ ਕਰ ਸਕਦੇ ਹਾਂ, ਕੋਈ ਗੁਰੂ ਜੀ ਦੇ ਗੁਣ ਨਹੀਂ ਗਾ ਸਕਦਾ ਜੀ। ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਉੱਚ ਅਪਾਰ ਬੇਅੰਤ ਸੁਆਮੀ, ਉੱਚ ਅਪਾਰ ਬੇਅੰਤ ਸੁਆਮੀ, ਉੱਚ ਅਪਾਰ ਬੇਅੰਤ ਸੁਆਮੀ, ਉੱਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ। ਬੰਦੇ ਦੀ ਜੀਭ ਬੜੀ ਛੋਟੀ ਜੀ ਹੈਗੀ ਜੀ, ਛੋਟਾ ਜਿਹਾ ਮਾਸ ਦਾ ਟੁਕੜਾ ਜੀ। ਐਡੇ ਵੱਡੇ ਪਾਤਸ਼ਾਹ ਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ ਜੀ? ਦੱਸੋ ਜੇ ਸਾਡੇ ਵਿੱਚ ਤਾਕਤ ਹੈਗੀ ਹੈ ਤਾਂ ਜੀ। ਹਾਂਜੀ, ਅਸੀਂ ਤੇ ਪਾਣੀ ਦੇ ਬੁਲਬਲੇ ਹੈਗੇ ਸੰਗਤ ਜੀ, ਗੁਰੂ ਸਾਹਿਬ ਬੜੇ ਵੱਡੇ ਸੱਚੇ ਪਾਤਸ਼ਾਹ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਧੜ ਰੁੱਖ ਦੇ ਹੇਠਾਂ ਇੱਕ ਪਾਸੇ ਪਿਆ ਹੋਇਆ ਜੀ, ਜਿੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸੁਭਾਏਮਾਨ ਹੈ, ਉਸ ਥਾਂ 'ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਭਾਏਮਾਨ ਹੈ। ਅਤੇ ਸਾਧ ਸੰਗਤ ਜੀ, ਇਹ ਵੀ ਕੁਤਵਾਲੀ ਦਾ ਹੀ ਇੱਕ ਭਾਗ ਸੀਗਾ ਜੀ, ਕਾਰਾਗ੍ਰਹਿ ਦਾ ਹੀ ਇੱਕ ਭਾਗ ਸੀਗਾ ਜੀ ਇਹ ਗੁਰਦੁਆਰਾ ਸਾਹਿਬ ਵਾਲੀ ਜਿਹੜੀ ਥਾਂ ਹੈ। ਸੋ ਆਓ ਹੁਣ ਬੜੇ ਪਿਆਰ ਨਾਲ ਸਾਰੀ ਸੰਗਤ ਕਥਾ ਸਰਵਣ ਕਰੋ, ਸਭ ਸਿੱਖ ਸੰਗਤ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਤੋ ਲੁਬਾਣਾ ਸਿੱਖ ਤਹਿ ਬ੍ਰਖਬ ਬ੍ਰਿੰਦ ਜਿਹੇ ਪਾਸ। ਸਾਧ ਸੰਗਤ ਜੀ, ਦਿੱਲੀ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ ਜਿਹੜਾ ਬਾਹਰੀ ਤੌਰ 'ਤੇ ਜਾਤ ਬਰਾਦਰੀ ਕਰਕੇ ਲੁਬਾਣਾ ਹੈ। ਵੈਸੇ ਇਹ ਸਿਰਫ ਪਛਾਣ ਹੀ ਹੈ ਜੀ, ਇਹਨੂੰ ਇਹ ਨਹੀਂ ਲੈਣਾ ਵੀ ਲਓ ਜੀ ਜਾਤ ਬਰਾਦਰੀ ਦਾ ਨਾਂ ਲੈ ਦਿੱਤਾ ਜੀ, ਸਿਰਫ ਇੱਕ ਪਛਾਣ ਹੈ ਪਛਾਣਨ ਵਾਸਤੇ ਜੀ। ਨਾਮ ਉਹਦਾ ਲੱਖੀ ਸ਼ਾਹ ਜੀ। ਹਾਂਜੀ, ਹੈ ਉਹ ਲੁਬਾਣਾ ਜੀ, ਜਿਵੇਂ ਮੱਖਣ ਸ਼ਾਹ ਲੁਬਾਣਾ ਨਾ ਜੀ, ਇਸੇ ਤਰ੍ਹਾਂ ਇਹ ਵੀ ਲੱਖੀ ਸ਼ਾਹ ਲੁਬਾਣਾ ਹੈ। ਸਾਧ ਸੰਗਤ ਜੀ, ਲੱਖੀ ਸ਼ਾਹ ਉਹਦਾ ਨਾਮ ਹੈ। ਅਤੇ ਲੱਖੀ ਸ਼ਾਹ ਕੌਣ ਹੈ? ਇਹ ਪੁਰਾਤਨ ਗੁਰੂ ਘਰ ਦੇ ਸਿੱਖ ਨੇ ਜੀ। ਕਿਸੇ ਕੰਮ ਕਰਕੇ ਇਹ ਦਿੱਲੀ ਤੋਂ ਬਾਹਰ ਗਏ ਹੋਏ ਸੀਗੇ ਸਾਧ ਸੰਗਤ ਜੀ। ਹੋਰ ਪਛਾਣ ਦੱਸਦਿਆਂ, ਭਾਈ ਮਨੀ ਸਿੰਘ ਜੀ
ਲੱਖੀ ਸ਼ਾਹ ਜੀ ਦੇ ਜਵਾਈ ਭਾਈ ਨੇ ਜੀ, ਜਿਨ੍ਹਾਂ ਦਾ ਬੰਦ ਬੰਦ ਕੱਟਿਆ ਗਿਆ ਸੀ ਨਾ ਜੀ, ਉਹ ਭਾਈ ਲੱਖੀ ਸ਼ਾਹ ਬਣਜਾਰਾ ਜੀ ਦੇ ਜਵਾਈ ਭਾਈ ਸਨ ਜੀ ਉਹ ਜੀ। ਭਾਈ ਲੱਖੀ ਸ਼ਾਹ ਬਣਜਾਰਾ ਜੀ ਦੀ ਬੱਚੀ ਹੈ ਬੇਬੇ ਸੀਤੋ ਬਾਈ। ਸੀਤੋ ਬਾਈ ਜੀ ਉਹ ਵੀ ਸ਼ਹੀਦ ਹਨ, ਅਤੇ ਸੀਤੋ ਬਾਈ ਜੀ ਦੀ ਜਿਹੜੀ ਸ਼ਾਦੀ ਹੈ, ਵਿਆਹ ਹੈ, ਆਨੰਦ ਕਾਰਜ ਹੈ, ਉਹ ਲੱਖੀ ਭਾਈ ਮਨੀ ਸਿੰਘ ਜੀ ਦੇ ਨਾਲ ਹੋਇਆ ਹੋਇਆ ਜੀ। ਇਸ ਤਰੀਕੇ ਦੇ ਨਾਲ ਭਾਈ ਲੱਖੀ ਸ਼ਾਹ ਬਣਜਾਰਾ ਜੀ, ਭਾਈ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ, ਉਹਨਾਂ ਦੇ ਸਹੁਰਾ ਸਾਹਿਬ ਨੇ ਜੀ ਗਏ ਜੀ। ਦੁਨਿਆਵੀ ਤੌਰ 'ਤੇ ਰਿਸ਼ਤੇਦਾਰੀ ਦੱਸ ਰਿਹਾ। ਹੁਣ ਸੁਣੋ, ਇਹ ਸਾਧ ਸੰਗਤ ਜੀ ਇਹ ਵੀ ਦਿੱਲੀ ਵਿੱਚ ਰਹਿੰਦੇ ਸੀ। ਹਾਂਜੀ। ਗਿਣਤੀ ਬਿਖੈ ਹਜ਼ਾਰ ਦਸ, ਨਿਕਟ ਰੱਖੈ ਗਨ ਦਾਸ। ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਬਲਦ ਵੇਖੇ ਹੋਣਗੇ ਜੀ। ਹਾਂਜੀ, ਭਾਰ ਢਾਉਣ ਦੇ ਕੰਮ ਆਉਂਦੇ ਸੀਗੇ ਜੀ ਬਲਦ ਜੀ। ਮੱਖਣ ਸ਼ਾਹ ਦਾ ਕੰਮ ਕਾਰ ਵੱਡਾ ਸੀ ਢਾਉਂਦਾ, ਅਤੇ ਉਹ ਵੀ ਭਾਰ ਹੀ ਸੀਗਾ, ਪਰ ਉਹ ਸਮੁੰਦਰੀ ਜਹਾਜ਼ਾਂ ਰਾਹੀਂ ਢਾਉਂਦਾ ਸੀਗਾ ਜੀ। ਲੱਖੀ ਸ਼ਾਹ ਬਣਜਾਰਾ ਜੀ ਸਾਧ ਸੰਗਤ ਜੀ ਢਾਉਂਦੇ ਵੀ ਭਾਰ ਹੀ ਸਨ, ਪਰ ਇਹ ਬਲਦਾਂ ਰਾਹੀਂ ਭਾਰ ਢਾਉਂਦੇ ਹੁੰਦੇ ਸੀਗੇ ਜੀ। ਤੁਹਾਡੇ 'ਚੋਂ ਕਈਆਂ ਨੇ ਬਲਦ ਵੇਖੇ ਹੋਣਗੇ ਜੀ। ਹਾਂਜੀ। ਔਰ ਇਹਨਾਂ ਦੇ ਕੋਲ ਬਲਦਾਂ ਦੀ ਜਿਹੜੀ ਗਿਣਤੀ ਸੀ ਨਾ ਜੀ, 10,000 ਬਲਦ ਸੀਗਾ ਜੀ ਇਹਨਾਂ ਦੇ ਕੋਲ ਜੀ। ਭਾਈ ਸੰਤੋਖ ਸਿੰਘ ਸਾਹਿਬ ਜੀ ਦੱਸ ਰਹੇ ਜੀ, 10,000 ਬਲਦ ਸਨ ਭਾਈ ਲੱਖੀ ਸ਼ਾਹ ਜੀ ਦੇ ਕੋਲ। ਹਾਂਜੀ। ਗੁਰ ਕਾਰਨ ਕੋ ਸੁਣ ਦੁੱਖ ਪਾਇਓ। ਇਹ ਜਦੋਂ ਦਿੱਲੀ ਵਿੱਚ ਪਹੁੰਚੇ, ਇਹਨਾਂ ਨੂੰ ਪਤਾ ਲੱਗਾ ਵੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਔਰੰਗਜ਼ੇਬ ਦੀ ਸਲਾਹ ਦੇ ਨਾਲ ਧੜ ਤੋਂ ਉਤਰਿਆ ਹੋਇਆ ਜੀ ਥੱਲੇ ਜੀ, ਸੀਸ ਨਹੀਂ ਮਹਾਰਾਜ ਦਾ ਲੱਭਾ, ਤੇ ਧੜ ਗੁਰੂ ਸਾਹਿਬ ਜੀ ਦਾ ਉੱਥੇ ਪਿਆ ਹੋਇਆ ਜੀ। ਹਾਂਜੀ। ਦਰਸ ਬਿਲੋਕਨ ਤੇ ਹਿਤ ਆਇਓ। ਆ ਕੇ ਸੁਣਿਆ, ਪਾਣੀ ਦਾ ਗਲਾਸ ਨਹੀਂ ਥੱਲੇ ਉਤਰਿਆ ਜੀ। ਸੰਗਤ ਜੀ, ਲੱਖੀ ਸ਼ਾਹ ਜੀ ਨੇ ਉਸੇ ਵੇਲੇ ਮਨ ਵਿੱਚ ਵਿਚਾਰਿਆ, ਜੇ ਮੈਂ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਨਹੀਂ ਕਰ ਪਾਇਆ, ਤੇ ਗੁਰੂ ਸਾਹਿਬ ਦੇ ਸਰੀਰ ਦੇ ਹੀ ਦਰਸ਼ਨ ਕਰ ਲਵਾਂ ਜੀ, ਮਹਾਰਾਜ ਜੀ ਦੇ ਧੜ ਦੇ ਹੀ ਦਰਸ਼ਨ ਕਰ ਲਵਾਂ ਜੀ। ਉਸੇ ਵੇਲੇ ਆਪਣੇ ਘਰ ਵਿੱਚ ਉਹਨਾਂ ਪੈਰ ਨਹੀਂ ਪਾਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧੜ ਦੇ ਦਰਸ਼ਨ ਕਰਨ ਵਾਸਤੇ ਤੁਰ ਪਏ ਜੀ ਉਹ। ਹਾਂਜੀ। ਤਾਰੇ ਬ੍ਰਿਸ਼ ਕੇ ਗੁਰ ਧਰ ਪਰਿਓ। ਗੁਰਮੁਖੋ, ਆਪ ਵੀ ਇਹਨੇ ਇੱਕ ਪਾਸੇ ਲੁੱਕ ਕੇ ਦਰਸ਼ਨ ਕੀਤੇ, ਇਹਨੇ ਵੇਖਿਆ ਰੁੱਖ ਦੇ ਹੇਠਾਂ ਇੱਕ ਪਾਸੇ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸਰੀਰ ਪਿਆ, ਜਿਹਦੇ 'ਤੇ ਸੀਸ ਨਹੀਂ ਹੈਗਾ ਸਾਧ ਸੰਗਤ ਜੀ, ਮਹਾਰਾਜ ਜੀ ਦਾ ਇਕੱਲਾ ਹੀ ਸਰੀਰ ਪਿਆ ਹੈ, ਆਸੇ ਪਾਸੇ ਥੋੜ੍ਹਾ ਥੋੜ੍ਹਾ ਖੂਨ ਹੈਗਾ ਜੀ ਸਾਧ ਸੰਗਤ ਜੀ। ਹਾਂਜੀ। ਮਹਾਰਾਜ ਜੀ ਦਾ ਧੜ ਪਿਆ ਜੀ, ਇਹਨੇ ਦਰਸ਼ਨ ਕੀਤੇ ਮਹਾਰਾਜ ਦੇ ਧੜ ਦੇ। ਹਾਂਜੀ। ਦੇਖ ਬਿਲੋਚਨ ਮੈਂ ਜਲ ਭਰੇ। ਲੱਖੀ ਸ਼ਾਹ ਜੀ ਦਾ ਗੁਰੂ ਸਾਹਿਬ ਨਾਲ ਪਿਆਰ ਬਹੁਤ ਸੀਗਾ ਜੀ, ਗੁਰੂ ਘਰ ਨਾਲ ਪਿਆਰ ਬਹੁਤ ਸੀਗਾ। ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਧੜ ਦੇ ਦਰਸ਼ਨ ਕੀਤੇ, ਇਹਨਾਂ ਦੇ ਨੇਤਰਾਂ ਚੋਂ ਮੌਕੇ ਤੇ ਹੀ ਜਲ ਵਹਿਣ ਲੱਗ ਪਿਆ ਜੀ, ਆਪਣੇ ਅੱਖਾਂ ਦੇ ਪਾਣੀ ਨੂੰ ਨਾ ਜੀ ਇਹ ਰੋਕ ਨਹੀਂ ਸਕੇ ਜੀ। ਗੁਰਮੁਖੋ, ਬੜਾ ਕਥਾ ਹੀ ਕਰਨੀ ਸੌਖੀ ਹੈਗੀ ਜੀ, ਮਾਫ ਕਰਿਓ ਜਿਨ੍ਹਾਂ ਨੇ ਇਹ ਦ੍ਰਿਸ਼ ਵੇਖਿਆ, ਭਾਵਨਾ ਵਾਲਿਆਂ ਦੇ ਅੰਦਰ ਕੀ ਵਰਤਦਾ ਹੋਏਗਾ ਜੀ ਉਦੋਂ ਜੀ। ਹਾਂਜੀ। ਸਾਡੇ ਐਡੇ ਵੱਡੇ ਸਮਰੱਥ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਨਾਮ ਲਿਆ ਬੰਦੇ ਦੀ ਗਰੀਬੀ ਦੂਰ ਹੋ ਜਾਂਦੀ ਹੈ, ਉਹ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਕੱਲਾ ਧੜ ਪਿਆ ਜੀ ਉੱਥੇ ਜੀ। ਲੱਖੀ ਸ਼ਾਹ ਨੂੰ ਬੜਾ ਵੈਰਾਗ ਆਇਆ ਮਹਾਰਾਜ ਦੇ ਧੜ ਦੇ ਦਰਸ਼ਨ ਕਰਕੇ। ਹਾਂਜੀ। ਹਮ ਸਿੱਖਨ ਕੋ ਧਿਕ ਬਹੁ ਭਾਰੀ। ਤੇ ਪਤਾ ਲੱਖੀ ਸ਼ਾਹ ਜੀ ਦੇ ਅੰਦਰ ਪਿਆਰ ਸੀਗਾ, ਤੇ ਸੰਗਤ ਜੀ ਪਿਆਰ ਵਾਲੇ ਡਰਾਕਲ ਨਹੀਂ ਹੁੰਦੇ ਜੀ, ਪਿਆਰ ਵਾਲੇ ਡਰਾਕਲ ਨਹੀਂ ਹੁੰਦੇ ਜੀ। ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਨਾ ਜੀ, ਉਹ ਫਿਰ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦੇ ਜੀ। ਲੱਖੀ ਸ਼ਾਹ ਜੀ ਕਹਿੰਦੇ ਤਿਰਕਾਰ ਹੈ ਸਾਡੇ ਜੀਵਨ ਉੱਤੇ। ਹਾਂਜੀ। ਇਮ ਸਤਿਗੁਰ ਕੀ ਦਸ਼ਾ ਨਿਹਾਰੀ। ਜਿਹੜਾ ਇੱਥੋਂ ਦੇ ਸਿੱਖ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੀਰ ਇਸ ਤਰ੍ਹਾਂ ਪਿਆ, ਉਹ ਕਹਿ ਰਹੇ ਵੀ ਸਿੱਖ ਆਵੇ ਤੇ ਸਤਿਕਾਰ ਕਰੇ ਕੋਈ ਜੀ, ਪਰ ਸਿੱਖ ਇਸ ਗੱਲੋਂ ਭੈਭੀਤ ਨੇ ਵੀ ਔਰੰਗਜ਼ੇਬ ਨੂੰ ਪਤਾ ਲੱਗ ਗਿਆ ਤੇ ਉਹਨੇ ਸਾਨੂੰ ਵੀ ਨਹੀਂ ਛੱਡਣਾ ਜੀ। ਲੱਖੀ ਸ਼ਾਹ ਜੀ ਕਹਿੰਦੇ ਤਿਰਕਾਰ ਹੈ ਸਾਡੀ ਜੀਵਨ ਤੇ, ਸਾਡੇ ਸੱਚੇ ਪਾਤਸ਼ਾਹ ਜੀ ਦਾ ਸਰੀਰ ਇਸ ਤਰ੍ਹਾਂ ਪਿਆ ਹੋਵੇ ਤੇ ਕੋਈ ਸਿੱਖ ਸਤਿਕਾਰ ਕਰਨ ਵਾਸਤੇ ਨਾ ਆਵੇ ਜੀ।
ਲੱਖੇ ਸ਼ਾਹ ਜੀ ਨੇ ਆਪਣੇ ਆਪ ਨੂੰ ਲਾਹਨਤਾਂ ਪਾਈਆਂ ਆਪਣੇ ਆਪ ਨੂੰ ਜੀ। ਹਾਂਜੀ ਪ੍ਰਥਮ ਆਪਣੇ ਪ੍ਰਾਣ ਨਾ ਦਏ। ਲੱਖੀ ਸ਼ਾਹ ਜੀ ਦੇ ਅੰਦਰ ਇੰਨਾ ਗੁਰੂ ਘਰ ਦਾ ਪਿਆਰ ਸੀਗਾ, ਗੱਜ ਕੇ ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ ਗੁਰੂ ਸਾਹਿਬ ਜੀ ਦੇ ਇਸ ਤਰ੍ਹਾਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਪ੍ਰਾਣ ਦੇ ਦੇਣੇ ਚਾਹੀਦੇ ਹੈਗੇ ਜੀ। ਆਖੋ ਸਾਰੇ ਪਿਆਰ ਨਾਲ ਧੰਨ ਲੱਖੀ ਸ਼ਾਹ ਜੀ, ਕਹਿਣਾ ਪਏਗਾ ਧੰਨ ਜੀ। ਇਹਨਾਂ ਦੀ ਕਮਾਈ ਨੂੰ ਧੰਨ ਕਹਿਣਾ ਪਏਗਾ। ਸਰੀਰ ਉੱਥੋਂ ਚੁੱਕਣਾ ਸਾਧ ਸੰਗਤ ਕੋਈ ਸੌਖੀ ਗੱਲ ਨਹੀਂ ਸੀ ਹੈਗੀ ਜੀ। ਲੱਖੀ ਸ਼ਾਹ ਜੀ ਉਹ ਅਰਦਾਸ ਵਾਹਿਗੁਰੂ ਵੇਖ ਕੇ ਆਪਣੇ ਆਪ ਨੂੰ ਲਾਹਨਤਾਂ ਪਾਉਂਦੇ, ਇਹਦੇ ਤੋਂ ਪਹਿਲਾਂ ਸਾਨੂੰ ਆਪਣਾ ਸਰੀਰ ਤਿਆਗ ਦੇਣਾ ਚਾਹੀਦਾ ਸੀਗਾ ਜੀ। ਇਸ ਤਰ੍ਹਾਂ ਦੀ ਹਾਲਤ ਵਿੱਚ ਗੁਰੂ ਸਾਹਿਬ ਜੀ ਦੇ ਸਰੀਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਹਾਂਜੀ ਤੁਰਕ ਤਰਾਸ ਤੇ ਦੁਰ ਦੁਰ ਗਏ ਤੇ ਪਰ ਗੁਰਮੁਖੋ ਉਹ ਵੀ ਸਮਝਦੇ ਨੇ ਗੱਲ ਨੂੰ ਵੀ ਔਰੰਗਜ਼ੇਬ ਦੇ ਡਰ ਤੋਂ, ਦੁਸ਼ਟ ਦੇ ਡਰ ਤੋਂ ਕੋਈ ਸਿੱਖ ਲਾਗੇ ਨਹੀਂ ਆ ਰਿਹਾ ਜੀ। ਹਾਂਜੀ ਸੁਨ ਡਿੰਡਮ ਕੋ ਕਨਹੂ ਨਾ ਮਾਨੀ, ਹਾਂਜੀ ਹਮਨਹ ਸਿੱਖ ਨਾ ਦੇ ਮਤ ਹਾਨੀ। ਤੇ ਗੁਰਮੁਖੋ ਉਹ ਵਨ ਵਿੱਚ ਵਿਚਾਰ ਕਰਦਾ ਇੱਕ ਪਾਸੇ ਖਲੋ ਕੇ, ਭਾਈ ਲੱਖੀ ਸ਼ਾਹ ਜੀ ਕਮਾਲ ਦੇ ਸਿੱਖ ਆ ਆਪਾਂ, ਕਮਾਲ ਦੇ ਸਿੱਖ ਆ। ਉਹ ਕਹਿ ਰਹੇ ਵੀ ਆਓ ਤੇ ਸਰੀਰ ਲੈ ਜਾਓ ਕੋਈ, ਪਰ ਡਰਦਾ ਹੋਇਆ ਕੋਈ ਅੱਗੇ ਨਹੀਂ ਵੱਧ ਰਿਹਾ ਜੀ। ਕਿਵੇਂ ਆਪਾਂ ਭਾਈ ਲੱਖੀ ਸ਼ਾਹ ਜੀ ਕਹਿੰਦੇ ਮੈਂ ਇਹਨਾਂ ਨੂੰ ਸਿੱਖ ਮੰਨਾ, ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ ਪਿਆਰ ਹੋਵੇ ਸਤਿਗੁਰੂ ਨਾਲ ਤੇ ਇਸ ਤਰ੍ਹਾਂ ਦਾ ਹੋਵੇ ਜੀ, ਗੱਲੀ ਬਾਤੀ ਵਾਲਿਆਂ ਦਾ ਕੰਮ ਨਹੀਂ ਸਰਨਾ ਜੀ। ਹੁਣ ਵੇਖੋ ਭਾਈ ਲੱਖੀ ਸ਼ਾਹ ਜੀ ਦਾ ਕਿੰਨਾ ਪਿਆਰ ਹੋਏਗਾ ਗੁਰੂ ਜੀ ਨਾਲ ਦੀ। ਹਾਂਜੀ ਸੰਸਕਾਰਨ ਕੋ ਕਰੋ ਉਪਾਉ, ਭਾਈ ਲੱਖੀ ਸ਼ਾਹ ਬਣਜਾਰਾ ਜੀ ਉੱਥੇ ਖਲੋਤੇ ਹੋਏ ਮਹਾਰਾਜ ਦੇ ਧੜ ਦੇ ਦਰਸ਼ਨ ਕਰਦੇ ਹੋਏ ਮਹਾਰਾਜ ਅੱਗੇ ਅਰਦਾਸ ਕਰਨ ਦੇ, ਹੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਸਰੀਰ ਦਾ ਸੰਸਕਾਰ ਕਰਨਾ, ਕਿਤੇ ਇਹ ਸੇਵਾ ਮੈਨੂੰ ਬਖਸ਼ ਦਿਓ ਸੱਚੇ ਪਾਤਸ਼ਾਹ, ਆਹ ਸੇਵਾ ਮੈਂ ਨਿਭਾਵਾਂ ਸੱਚੇ ਪਾਤਸ਼ਾਹ, ਮੈਨੂੰ ਇਹ ਸੇਵਾ ਬਖਸ਼ਿਸ਼ ਕਰੋ, ਗੱਜ ਕੇ ਆਖੋ ਵਾਹਿਗੁਰੂ। ਇਹ ਕੰਮ ਸੌਖੇ ਨਹੀਂ ਹੈਗੇ ਸੰਗਤ ਜੀ। ਹਾਂਜੀ ਜਥਾ ਨਾ ਜਾਣ ਸਕੈ ਨਰ ਕਾਊ, ਸੰਸਕਾਰ ਵੀ ਇਸ ਤਰੀਕੇ ਨਾਲ ਕਰਨਾ, ਸਰੀਰ ਨੂੰ ਅਗਨ ਭੇਟ ਵੀ ਇਸ ਤਰੀਕੇ ਨਾਲ ਕਰਨਾ, ਔਰੰਗਜ਼ੇਬ ਤੇ ਉਹਦੀ ਫੌਜ ਇਸ ਗੱਲ ਨੂੰ ਜਾਣ ਨਾ ਸਕੇ ਜੀ, ਜਾਣ ਨਾ ਸਕੇ। ਸਾਧ ਸੰਗਤ ਜੀ ਜਿੱਥੇ ਸਿੱਖ ਵਿੱਚ ਜੋਸ਼ ਦੀ ਲੋੜ ਹੈ ਨਾ, ਉੱਥੇ ਹੋਸ਼ ਦੀ ਵੀ ਲੋੜ ਹੈਗੀ ਹੈ ਜੀ। ਜੇ ਭਾਈ ਲੱਖੀ ਸ਼ਾਹ ਜੀ ਉਵੇਂ ਹੀ ਜੋਸ਼ ਵਿੱਚ ਆ ਕੇ ਸਰੀਰ ਚੁੱਕ ਕੇ ਲੈ ਜਾਂਦੇ ਤੇ ਮਾਫ ਕਰਿਓ, ਉਹ ਔਰੰਗਜ਼ੇਬ ਦੇ ਬੰਦਿਆਂ ਨੇ ਭਾਈ ਲੱਖੀ ਸ਼ਾਹ ਜੀ ਨੂੰ ਘਰ ਤੱਕ ਪਹੁੰਚਣ ਹੀ ਨਹੀਂ ਦੇਣਾ ਜੀ, ਪਹਿਲਾਂ ਹੀ ਮਾਰ ਦੇਣਾ ਹੈਗਾ ਜੀ। ਇਸ ਤਰ੍ਹਾਂ ਤਾਂ ਸੇਵਾ ਕਿਸੇ ਕੋਲੋਂ ਵੀ ਨਹੀਂ ਸੀ ਹੋਣੀ ਜੀ। ਭਾਈ ਲੱਖੀ ਸ਼ਾਹ ਜੀ ਖਲੋਤੇ ਅਰਦਾਸਾਂ ਕਰਦੇ, ਸਤਿਗੁਰੂ ਤੁਹਾਡੇ ਸਰੀਰ ਦਾ ਸੰਸਕਾਰ ਵੀ ਹੋ ਜੇ ਤੇ ਇਹਨਾਂ ਦੁਸ਼ਟਾਂ ਨੂੰ ਪਤਾ ਵੀ ਨਾ ਲੱਗੇ ਮਹਾਰਾਜ, ਕੋਈ ਐਸਾ ਉਪਾਅ ਬਖਸ਼ਿਸ਼ ਕਰੋ ਮਹਾਰਾਜ। ਹਾਂਜੀ ਵਿਦਤ ਕਰੋ ਹੋਏ ਨਾ ਸੰਸਕਾਰ, ਮਹਾਰਾਜ ਸੰਸਕਾਰ ਹੋ ਰਿਹਾ ਇਹ ਗੱਲ ਪ੍ਰਗਟ ਨਾ ਹੋ ਸਕੇ ਸੱਚੇ ਪਾਤਸ਼ਾਹ, ਪ੍ਰਗਟ ਨਾ ਹੋ ਸਕੇ, ਕਿਸੇ ਨੂੰ ਪਤਾ ਨਾ ਲੱਗ ਸਕੇ। ਗਾਹ ਹੈ ਕਿ ਦੇਹੇ ਮੋਹ ਕੋ ਮਾਰਾ, ਇਹ ਨਾ ਹੋਵੇ ਆਪ ਜੀ ਦੇ ਸਰੀਰ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਦੁਸ਼ਟ ਫੜ ਕੇ ਪਹਿਲਾਂ ਮੈਨੂੰ ਹੀ ਮਾਰ ਦੇਣ ਜੀ। ਇਹ ਹੋਸ਼ ਹੈਗੀ ਜੀ, ਹੋਸ਼ ਜੀ, ਜਿੱਥੇ ਜੋਸ਼ ਹੋਵੇ ਨਾ ਜੀ ਨਿਰਾ ਜੋਸ਼ ਹੀ ਆ ਜਾਂਦਾ ਤੇ ਹੋਸ਼ ਬੰਦਾ ਗਵਾ ਬੈਠਦਾ। ਇਸ ਕਰਕੇ ਸਿੱਖ ਨੂੰ ਕ੍ਰੋਧ ਨਹੀਂ, ਸਿੱਖ ਨੂੰ ਵੀਰ ਰਸ ਆਉਂਦਾ ਜੀ। ਕ੍ਰੋਧ ਵਿੱਚ ਜੋਸ਼ ਤੇ ਆਉਂਦਾ ਪਰ ਹੋਸ਼ ਨਹੀਂ ਆਉਂਦੀ, ਵੀਰ ਰਸ ਵਿੱਚ ਸਾਧ ਸੰਗਤ ਜੋਸ਼ ਵੀ ਹੁੰਦਾ ਤੇ ਹੋਸ਼ ਵੀ ਹੁੰਦਾ ਜੀ, ਹੋਸ਼ ਵੀ ਹੁੰਦੀ ਜੀ ਅਰਦਾਸਾਂ ਕਰਨ ਦੇ। ਮਹਾਰਾਜ ਸੇਵਾ ਹੋ ਜੇ ਕਿਸੇ ਪ੍ਰਕਾਰ ਦੇ ਨਾਲ। ਹਾਂਜੀ ਗੁਰੂ ਸਹਾਇਕ ਹੋਹੈ ਜੇ ਮੇਰੇ, ਹਾਂਜੀ ਛਪ ਕਰ ਲੇ ਗਮਨੋ ਕਿਸ ਬੇਰੇ। ਉੱਥੇ ਖਲੋਤੇ ਹੋਏ ਅਰਦਾਸ ਭਾਈ ਲੱਖੀ ਸ਼ਾਹ ਜੀ ਨੇ ਕੀਤੀ, ਗੱਜ ਕੇ ਆਖੋ ਵਾਹਿਗੁਰੂ। ਹੇ ਗੁਰੂ ਤੇਗ ਬਹਾਦਰ ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ, ਮਹਾਰਾਜ ਕਿਰਪਾ ਕਰੋ ਕਿਸੇ ਤਰੀਕੇ ਨਾਲ ਤੁਹਾਡਾ ਸਰੀਰ ਛੁਪਾ ਕੇ ਮੈਂ ਇੱਥੋਂ ਲੈ ਜਾਵਾਂ ਦੂਰ ਸੱਚੇ ਪਾਤਸ਼ਾਹ, ਕਿਸੇ ਤਰੀਕੇ ਨਾਲ। ਪਰ ਪਹਿਰਾ ਬੜਾ ਲੱਗਾ ਜੀ ਆਸੇ ਪਾਸੇ ਜੀ ਸਰੀਰ ਦੇ ਜੀ, ਸਰਕਾਰ ਦੀਆਂ ਚਾਲਾਂ ਹੁੰਦੀਆਂ ਸਾਧ ਸੰਗਤ, ਨਾਲੇ ਕਹਿੰਦੇ ਆ ਕੇ ਸੰਸਕਾਰ ਕਰੋ ਤੇ ਨਾਲੇ ਸੰਸਕਾਰ ਕਰਨ ਵਾਲੇ ਨੂੰ ਮਾਰ ਦੇਣਾ ਜੀ ਇਹਨਾਂ ਨੇ ਜੀ। ਅਰਦਾਸਾਂ ਕਰਨ ਦੇ ਮਹਾਰਾਜ
ਕਿਸੇ ਤਰੀਕੇ ਨਾਲ ਮੈਂ ਤੁਹਾਡਾ ਸਰੀਰ ਲੁਕਾ ਕੇ ਲੈ ਜਾਵਾਂ ਘਰ ਤੱਕ, ਐਸੀ ਕਿਰਪਾ ਕਰੋ ਸੱਚੇ ਪਾਤਸ਼ਾਹ। ਕਰਿਓ ਮਨੋਰਥ ਘਰ ਹਟ ਗਇਓ। ਇਹ ਅਰਦਾਸ ਬੇਨਤੀ ਕਰਕੇ ਲੱਖੀ ਸ਼ਾਹ ਬਣਜਾਰਾ ਜੀ ਆਪਣੇ ਘਰ ਵਿੱਚ ਆ ਗਏ ਸਤਸੰਗਤ ਜੀ, ਜਿੱਥੇ ਇਹਨਾਂ ਦਾ ਘਰ ਸੀਗਾ ਜੀ। ਹਾਂਜੀ। ਅਨਕ ਉਪਾਏ ਸੋ ਚਿਤਵਤ ਭਇਓ। ਹੁਣ ਅਰਦਾਸ ਤੇ ਉੱਥੇ ਕਰਤੀ ਤੇ ਲੱਖੀ ਸ਼ਾਹ ਬਣਜਾਰਾ ਜੀ ਹੁਣ ਸੋਚਣ ਦੇ ਵੀ ਮੈਂ ਕਰਾਂ ਕੀ, ਕਿਹੜਾ ਉਪਾਅ ਰਚਾਂ ਜਿਹਦੇ ਨਾਲ ਮਹਾਰਾਜ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਹੋ ਜੇ, ਪਰ ਉਹਦੇ ਤੋਂ ਪਹਿਲਾਂ ਕਿਹੜਾ ਉਪਾਅ ਰਚਾਂ ਜਿਹਦੇ ਨਾਲ ਮੇਰੇ ਸਤਿਗੁਰੂ ਮੇਰੇ ਸੱਚੇ ਪਾਤਸ਼ਾਹ ਦਾ ਸਰੀਰ ਪਹਿਲਾਂ ਮੇਰੇ ਘਰ ਵਿੱਚ ਆ ਜੇ ਜੀ। ਇਹ ਕਾਰਜ ਕਰਨੇ ਵੀ ਤਾਂ ਜ਼ਰੂਰੀ ਨੇ ਇਹਨਾਂ ਦੀ, ਕੋਈ ਵਿਉਂਤ ਬਣਾਵਾਂ ਮੈਂ। ਹਾਂਜੀ। ਬ੍ਰਖਬ ਬ੍ਰਿੰਦ ਇਕੱਠੇ ਕਰਵਾਏ ਤੇ ਇਹਦੇ ਨੌਕਰ ਵੀ ਸਨ ਜੀ, ਹੁਣ ਤੁਸੀਂ ਖੁਦ ਸਾਹਿਬ ਲਾਓ 10,000 ਜਿਹੜਾ ਬਲਦ ਹੈਗਾ ਜੀ ਉਹਦੇ ਨੌਕਰ ਕਿੰਨੇ ਹੋਣਗੇ ਜੀ, 10,000 ਬਲਦ ਨੂੰ ਸਾਂਭਣ ਵਾਸਤੇ ਨੌਕਰ ਰੱਖਣੇ ਪੈਂਦੇ ਜੀ। ਹਾਂਜੀ। ਇਹਨੇ ਸਾਰੇ ਬਲਦ ਇਕੱਠੇ ਕਰਵਾਏ ਜੀ ਪਹਿਲਾਂ ਜੀ। ਹਾਂਜੀ। ਕਿਤਕ ਸਕਟ ਮੈਂ ਤੂਲ ਭਰਵਾਏ ਤੇ ਕੁਝ ਗੱਡਿਆਂ ਦੇ ਵਿੱਚ, ਗੱਡੇ ਸਨ ਜੀ ਇਹਦੇ, ਕਈ ਗੱਡੇ ਚੱਲਦੇ ਸਨ ਇਹਨਾਂ ਦੇ, ਕੁਝ ਗੱਡਿਆਂ ਦੇ ਵਿੱਚ ਬਹੁਤ ਜ਼ਿਆਦਾ ਰੂੰ ਭਰਵਾ ਲਿਆ ਜੀ, ਥੋੜਾ ਰੂੰ ਨੇ ਜੀ, ਬਹੁਤ ਜ਼ਿਆਦਾ ਰੂੰ ਭਰਵਾ ਲਿਆ ਜੀ ਰੂੰ। ਹਾਂਜੀ। ਕਰੇ ਇਕੱਤਰ ਆਪਣੇ ਨਰ ਗਨ ਤੇ ਲੁਬਾਣਿਆਂ ਨੂੰ ਫਿਰ ਇਹਨੇ ਇਕੱਠਿਆਂ ਕੀਤਾ ਜੀ, ਗੱਜ ਕੇ ਆਖੋ ਵਾਹਿਗੁਰੂ। ਭਾਵੇਂ ਕੋਈ ਵੀ ਹੈ, ਮੈਂ ਤਾਂ ਕਹਿੰਦਾ ਵੀ ਲੁਬਾਣਿਆਂ ਦਾ ਵੀ ਕਦੀ ਸਾਨੂੰ ਅਹਿਸਾਨ ਭੁੱਲਣਾ ਨਹੀਂ ਚਾਹੀਦਾ ਸਤਸੰਗ ਜੀ। ਹਾਂਜੀ। ਫਿਰ ਬੇਨਤੀ ਹੁਣ ਇੰਨੀ ਕੁ ਗੱਲ ਤੇ ਨਾ ਕਹਿ ਦਿਓ ਜਾਤ ਪਾਤ ਦਾ ਨਾਮ ਲੈਤਾ ਜਾਂ ਬਰਾਦਰੀ ਦਾ ਨਾਮ ਲੈਤਾ, ਹੁਣ ਕਰੀਏ ਕੀ, ਨਿੱਕੀ ਨਿੱਕੀ ਗੱਲ ਤੋਂ ਤੇ ਵਿਵਾਦ ਪੈਦਾ ਕਰ ਦਿੰਦੇ ਜੀ ਇਹ ਬੰਦੇ। ਪਰ ਇਹਨਾਂ ਸਿੱਖਾਂ ਦਾ ਵੀ ਸਤਸੰਗਤ ਕਦੀ ਅਹਿਸਾਨ ਨਹੀਂ ਭੁੱਲਣਾ ਚਾਹੀਦਾ। ਹੁਣ ਸੁਣਿਓ ਧਿਆਨ ਨਾਲ, ਉਹਨੇ ਲੁਬਾਣੇ ਇਕੱਠੇ ਕੀਤੇ ਸਾਰੇ ਜੀ। ਹਾਂਜੀ। ਠਾਨਿਓ ਯਤਨ ਕੀਨ ਨਿਰਣੈ ਮਨ ਤੇ ਆਪਣੇ ਮਨ ਵਿੱਚ ਐ ਦ੍ਰਿੜ ਇਰਾਦਾ ਬਣਾ ਕੇ ਨਾ ਤੇ ਸਾਰੇ ਲੁਬਾਣਿਆਂ ਨੂੰ ਲੱਖੀ ਸ਼ਾਹ ਜੀ ਨੇ ਇਸ ਤਰ੍ਹਾਂ ਕਿਹਾ, ਸਕਟ ਭਰੇ ਪ੍ਰਥਮੈ ਪਹੁੰਚਾਏ। ਕਹਿਣ ਲੱਗੇ ਭਾਈ ਕਿਰਪਾਲੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਧੜ ਉੱਥੇ ਰੁੱਖ ਦੇ ਹੇਠਾਂ ਪਿਆ। ਕਹਿਣ ਲੱਗੇ ਅਸੀਂ ਇੱਥੇ ਲਿਆ ਕੇ ਸੰਸਕਾਰ ਕਰਨਾ, ਮੇਰੇ ਮਨ ਵਿੱਚ ਇੱਕ ਫੁਰਨਾ ਹੈ, ਤੁਸੀਂ ਮੇਰੇ ਅਨੁਸਾਰ ਚੱਲੋਗੇ ਤੇ ਉਹ ਜਿੰਨੇ ਲੁਬਾਣੇ ਹੀ ਨਾ ਸਾਧ ਸੰਗਤ ਸਾਰਿਆਂ ਨੇ ਭਾਈ ਲੱਖੀ ਸ਼ਾਹ ਜੀ ਨੂੰ ਸਹਿਮਤੀ ਦਿੱਤੀ ਵੀ ਅਸੀਂ ਤੁਹਾਡੇ ਅਨੁਸਾਰ ਚੱਲਾਂਗੇ ਜੀ, ਜਿਵੇਂ ਤੁਸੀਂ ਆਖੋਗੇ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸਦੇ, ਕਹਿਣ ਲੱਗੇ ਸਕਟ ਭਰੇ ਪ੍ਰਥਮੈ ਪਹੁੰਚਾਏ। ਉਹਨਾਂ ਆਖਿਆ ਵੀ ਜਿਹੜੇ ਗੱਡੇ ਆਪਾਂ ਰੂੰ ਦੇ ਭਰੇ ਆ ਨਾ, ਉਹ ਆਪਾਂ ਪਹਿਲਾਂ ਹੀ ਸਤਿਗੁਰੂ ਜੀ ਦੇ ਸਰੀਰ ਦੇ ਲਾਗੇ ਲੈ ਜਾਣੇ ਜੀ, ਪਹਿਲਾਂ ਹੀ ਜੀ। ਹਾਂਜੀ। ਕੁਛ ਮਿਸ ਕਰ ਤੇ ਸਥਾਨ ਟਿਕਾਏ ਤੇ ਕੁਝ ਬਹਾਨਾ ਬਣਾ ਕੇ ਨਾ ਆਪਾਂ ਉਹ ਜਿਹੜੇ ਗੱਡੇ ਨੇ ਉੱਥੇ ਟਿਕਾ ਦੇਣੇ ਕੁਝ ਸਮੇਂ ਵਾਸਤੇ। ਬਹਾਨਾ ਕੀ ਬਣਾਉਣਾ ਇਹ ਤੁਸੀਂ ਸੋਚੋ। ਕਹਿਣ ਲੱਗੇ ਪਰ ਗੱਡੇ ਲਾ ਕੇ ਕਾਫੀ ਗਿਣਤੀ ਵਿੱਚ ਰੂਨ ਦੇ ਭਰੇ ਹੋਏ ਗੱਡੇ, ਮਾਨੋ ਅੱਜ ਜਿਵੇਂ ਟਰੱਕ ਚੱਲਦੇ ਜੀ ਸਮਾਨ ਦੇ ਭਰੇ, ਰੂਨ ਦੇ ਭਰੇ ਹੋਏ ਗੱਡੇ ਉਹ ਮਹਾਰਾਜ ਸਾਹਿਬ ਦੇ ਸਰੀਰ ਦੇ ਲਾਗੇ ਟਿਕਾ ਦਿਓ, ਸਰੀਰ ਦੇ ਲਾਗੇ ਖੜੇ ਕਰ ਦਿਓ ਸਾਰੇ। ਕਹਿਣ ਲੱਗੇ ਕੋਈ ਬਹਾਨਾ ਇਹੋ ਜਿਹਾ ਬਣਾਓ ਕਿ ਸਿਪਾਹੀ ਤੁਹਾਨੂੰ ਰੋਕਣ ਨਾ ਉੱਥੇ ਖੜੇ ਕਰਨ ਤੋਂ। ਹਾਂਜੀ। ਹਾਂਕ ਦਿਓ ਬ੍ਰਖਬਨ ਕੋ ਲਾਰਾ। ਹਜ਼ਾਰ ਕੁ ਬਲਦ ਸਾਧ ਸੰਗਤ ਥੋੜਾ ਨਹੀਂ ਹੁੰਦਾ, ਇਹਨੇ ਇੰਨੇ ਕੁ ਬਲਦ ਨਾ ਜੀ ਬਾਜ਼ਾਰ ਵੱਲ ਨੂੰ ਤੋਰਤੇ ਜੀ। ਤੇ ਤੁਹਾਨੂੰ ਪਤਾ ਕਈ ਪਿੰਡਾਂ ਚੋਂ ਗੁਰਮੁਖ ਪ੍ਰੇਮੀ ਆਪਾਂ ਰਹਿਣ ਵਾਲੇ ਆਏ ਇੱਥੇ, ਗਾਵਾਂ ਮੱਝਾਂ ਬਲਦਾਂ ਨੂੰ ਸਾਧ ਸੰਗਤ ਜੀ ਅੱਗੇ ਤੋਰਨ ਵਾਸਤੇ ਨਾ ਹਾਂਕੀਦਾ ਜੀ ਉਹਨਾਂ ਨੂੰ ਜੀ, ਉਹਨਾਂ ਨੂੰ ਆਪਣੀ ਭਾਸ਼ਾ ਉਹਨਾਂ ਦੀ ਭਾਸ਼ਾ ਵਿੱਚ ਇਸ਼ਾਰੇ ਕਰੀਦੇ ਜੀ, ਉਹ ਫਿਰ ਅੱਗੇ ਹੁੰਦੇ ਜੀ। ਕਿੰਨੇ ਬਲਦ ਉਹ ਲੁਬਾਣੇ ਉਹਨਾਂ ਨੂੰ ਲੈ ਕੇ ਹਾਂਕਦੇ ਹੋਏ ਨਾ, ਨਾਲ ਨਾਲ ਗੱਡੇ
ਤੇ ਚਾਂਦਨੀ ਚੌਂਕ ਵਿੱਚ ਪਹੁੰਚਣ ਲੱਗ ਪਏ ਜੀ। ਉਹ ਜੀ ਬੜੇ ਖਤਰੇ ਦਾ ਕੰਮ ਸੀਗਾ, ਗੱਜ ਕੇ ਆਖੋ ਮਾਫ ਕਰਿਓ ਸਾਧ ਸੰਗਤ ਜੀ, ਜੇ ਵਿਚਲੀ ਗੱਲ ਦਾ ਪਤਾ ਲੱਗ ਜਾਏ ਤਾਂ ਸਾਰੇ ਲੁਬਾਣਿਆਂ ਨੂੰ ਭਾਵੇਂ ਔਰੰਗਜ਼ੇਬ ਮਰਵਾ ਦਿੰਦਾ ਜੀ। ਇੰਨੇ ਖਤਰੇ ਦਾ ਕੰਮ ਸੀਗਾ ਮਹਾਰਾਜ ਸਾਹਿਬ ਦਾ ਸਰੀਰ ਉੱਥੋਂ ਲੈ ਕੇ ਜਾਣਾ ਜੀ। ਹਾਂਜੀ ਜਮੁਨਾ ਦਿਸ਼ ਕੋ ਪ੍ਰਥਮ ਸਿਧਾਰਾ, ਹਾਂਜੀ ਨਿਗਾਹ ਮੋਦ ਜਿਹ ਘਾਟ ਕਹਾਵੈ। ਤੇ ਗੁਰਮੁਖੋ ਉਹਨਾਂ ਬੰਦਿਆਂ ਉਸੇ ਤਰ੍ਹਾਂ ਕੀਤਾ, ਬਹੁਤ ਸਾਰੇ ਲੁਬਾਣਿਆਂ ਨੇ ਆ ਕੇ ਸੱਚੇ ਪਾਤਸ਼ਾਹ ਦੇ ਸਰੀਰ ਦੇ ਦਰਸ਼ਨ ਕੀਤੇ ਜੀ। ਸਰੀਰ ਮਾਲਕ ਦਾ ਉਸੇ ਤਰ੍ਹਾਂ ਪਿਆ, ਪਰ ਮਾਨੋ ਭਾਵੇਂ ਸਰੀਰ ਤੇ ਸੀਸ ਨਹੀਂ ਹੈਗਾ ਪਰ ਮਹਾਰਾਜ ਦਾ ਸਰੀਰ ਵੀ ਉੱਥੇ ਪਿਆ ਹੋਇਆ, ਰਹਿਮਤਾਂ ਵਰਸਾ ਰਿਹਾ ਹੋਵੇ ਜੀ। ਕਿਉਂ ਗੁਰੂ ਸਾਹਿਬ ਤੇ ਗੁਰੂ ਸਾਹਿਬ ਹੀ ਆ ਜੀ। ਉਹਨਾਂ ਬਹਾਨਾ ਬਣਾ ਕੇ ਨਾ ਜੀ ਵੀ ਸਾਡੇ ਬਲਦਾਂ ਅੱਗੇ ਜਾਣਾ ਜੀ, ਤੇ ਉਹ ਗੱਡੇ ਉੱਥੇ ਰੂਨ ਦੇ ਖੜੇ ਕਰ ਦਿੱਤੇ ਜੀ, ਤੇ ਬਲਦ ਸਾਰੇ ਹੀ ਗਾਂ ਜਮੁਨਾ ਵੱਲ ਨੂੰ ਪਾ ਦਿੱਤੇ ਜੀ। ਹਾਂਜੀ ਤਿਸ ਦਿਸ਼ ਬ੍ਰਿਖਬਨ ਬ੍ਰਿੰਦ ਚਲਾਵੈ, ਹਾਂਜੀ ਤਰਨ ਤਨੂਜਾ ਕੋ ਤਟ ਹੋਏ, ਹਾਂਜੀ ਤਿਤ ਕੇ ਪੌਰ ਪ੍ਰਵੇਸ਼ਿਓ ਸੋਏ। ਤੇ ਗੁਰਮੁਖੋ ਲਾਗੇ ਇੱਕ ਤੀਰਥ ਸੀਗਾ, ਉੱਥੋਂ ਬਲਦ ਘੁਮਾ ਘੁੰਮੂ ਕੇ ਨਾ ਸਾਰੇ ਚੰਗੀ ਤਰ੍ਹਾਂ, ਤੇ ਵਾਪਸ ਫਿਰ ਉੱਥੇ ਹੀ ਲੈ ਆਉਂਦੇ ਜੀ। ਉੱਥੇ ਲੈ ਆਉਂਦੇ ਵੀ ਕੁਝ ਸਮਾਂ ਗੱਡੇ ਉੱਥੇ ਖੜੇ ਰਹਿਣ, ਤੇ ਹਵਾ ਚੱਲ ਰਹੀ ਸੀ ਸਾਧ ਸੰਗਤ ਜੀ ਉਸ ਸਮੇਂ ਬੜੀ ਤੇਜ਼। ਸੰਗ ਸਬੂਹੂ ਲੁਬਾਣਾ ਕਰੇ, ਹਾਂਜੀ ਪੁਸ਼ਟ ਲਸ਼ਟਕਾ ਕੰਧੇ ਧਰੇ, ਸਾਰੇ ਲੁਬਾਣੇ ਸਲਾਹ ਦੇ ਨਾਲ ਆਏ। ਫਿਰ ਚੇਤਾ ਰੱਖਿਓ ਲੱਖੀ ਸ਼ਾਹ ਜੀ ਤੇ ਮਹਾਨ ਹੀ ਨੇ ਪਰ ਉਹਨਾਂ ਦੇ ਨਾਲ ਦੇ ਸਾਰੇ ਸਾਥੀ ਵੀ ਬੜੇ ਮਹਾਨ ਸਨ ਜੀ। ਉਹਨਾਂ ਸੋਟੇ ਮੋਢੇ ਤੇ ਰੱਖੇ ਜੀ, ਮੋਢਿਆਂ ਤੇ ਜੀ, ਤੇ ਉਹ ਬਲਦਾਂ ਦੇ ਨਾਲ ਨਾਲ ਤੁਰੇ ਆ ਰਹੇ, ਹਿੱਕਦੇ ਹੋਏ ਉਹਨਾਂ ਨੂੰ ਆ ਰਹੇ। ਬਲਦਾਂ ਨੂੰ ਇਹੋ ਜਿਹੀ ਟ੍ਰੇਨਿੰਗ ਪਹਿਲਾਂ ਦਿੱਤੀ ਸੀ ਵੀ ਬਲਦ ਇਸ ਤਰ੍ਹਾਂ ਕਰ ਰਹੇ ਜਿਵੇਂ ਮੱਛਰੇ ਹੋਏ ਹੋਣ ਜੀ ਸਾਰੇ ਜੀ ਉਹ ਜੀ, ਅਤੇ ਉਹਨਾਂ ਨੂੰ ਸਾਂਭਣਾ ਔਖਾ ਹੋਇਆ ਹੋਵੇ ਬਲਦਾਂ ਨੂੰ ਜੀ। ਇਹ ਬੜੀ ਬੇਅੰਤ ਨਾਲ ਮਹਾਰਾਜ ਸਾਹਿਬ ਦਾ ਸਰੀਰ ਉੱਥੋਂ ਲੈ ਕੇ ਜਾਣਾ ਇਹਨਾਂ ਨੇ। ਹਾਂਜੀ ਬੈਲ ਹਾਂਕਣੀ ਬੋਲਤ ਬੋਲੀ, ਹਾਂ ਬੈਲਾਂ ਨੂੰ ਬਲਦਾਂ ਨੂੰ ਹਾਂਕਦੇ ਹੋਏ ਸਾਧ ਸੰਗਤ ਜੀ ਲੈ ਕੇ ਜਾ ਰਹੇ, ਉਸ ਪਾਸੇ ਲੈ ਕੇ ਆ ਰਹੇ ਵਾਹਿਗੁਰੂ। ਹਾਂਜੀ ਸੰਬਤ ਇਤ ਉਤ ਤੇ ਕਰ ਟੋਲੀ, ਟੋਲੀਆਂ ਬਣਾਈਆਂ ਹੋਈਆਂ ਜੀ, ਕੁਝ ਬਲਦ ਅੱਗੇ ਨੇ ਕੁਝ ਪਿੱਛੇ ਨੇ, ਕੁਝ ਲੁਬਾਣੇ ਅੱਗੇ ਕੋਈ ਪਿੱਛੇ ਨੇ, ਤੇ ਤੁਹਾਨੂੰ ਪਤਾ ਜਦੋਂ ਬਲਦ ਚੱਲ ਰਹੇ ਹੋਣ ਤੇ ਉਹਨਾਂ ਦੇ ਚੱਲਣ ਦੀ ਵੀ ਆਵਾਜ਼ ਆਉਂਦੀ ਸਾਧ ਸੰਗਤ, ਤੇ ਹਾਂਕਣ ਦੀ ਵੀ ਆਵਾਜ਼ ਆਉਣੀ, ਮਤਲਬ ਬਾਜ਼ਾਰ ਵਿੱਚ ਸ਼ੋਰ ਸ਼ਰਾਬਾ ਜਾ ਪਾ ਰਹੇ ਸਾਰੇ ਜੀ। ਹਾਂਜੀ ਜਬ ਤੇ ਸਾਹਿਬ ਕੀਨਸ ਭਾਣਾ, ਹਾਂਜੀ ਬੜੇ ਬੇਗ ਤੇ ਬਾਯੂ ਪੁਰਾਣਾ, ਸਾਰੇ ਸਾਵਧਾਨ ਹੋ ਕੇ ਨਾ ਲੱਕ ਸਿੱਧੇ ਕਰਕੇ ਤੇ ਕਰੀ ਗੱਜ ਕੇ ਆਖੋ ਸਾਰੇ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਲਿਖਦੇ ਜਦੋਂ ਦਾ ਗੁਰੂ ਸਾਹਿਬ ਨੇ ਭਾਣਾ ਵਰਤਾਇਆ ਨਾ ਉਰੋਂ ਦੀ ਸਾਧ ਸੰਗਤ ਜੀ ਹਨੇਰੀ ਵੀ ਚੱਲ ਰਹੀ ਸੀਗੀ ਜੀ, ਹਨੇਰੀ ਬੰਦ ਨਹੀਂ ਸੀ ਹੁੰਦੀ ਜੀ, ਹਵਾ ਲਗਾਤਾਰ ਤੇਜ਼ ਤੇਜ਼ ਚੱਲ ਰਹੀ ਸੀਗੀ ਜੀ। ਹਾਂਜੀ ਉੱਡ ਹੈ ਗਰਦ ਫੈਲੀ ਬਹੁ ਰੈਨ, ਤੇ ਹਵਾ ਦੇ ਕਰਕੇ ਮਿੱਟੀ ਘੱਟਾ ਉੱਡ ਰਿਹਾ ਸੀਗਾ। ਹਾਂਜੀ ਨਰ ਨਾਰਨ ਕੇ ਪੂਰਹ ਨੈਨ, ਮਨੁੱਖ ਜਿਹੜੇ ਸਨ ਉਹ ਇਸ ਤਰ੍ਹਾਂ ਘੱਟੇ ਨੂੰ ਸਾਫ਼ ਕਰਕੇ ਨਾ ਜੀ ਅੱਖਾਂ ਤੋਂ, ਤੇ ਫਿਰ ਇੱਧਰ ਉੱਧਰ ਥੋੜ੍ਹਾ ਬਹੁਤਾ ਜਾ ਰਹੇ ਸੀਗੇ ਜੀ, ਤੇ ਲੁਬਾਣੇ ਜਿੰਨੇ ਉਹ ਬਲਦਾਂ ਨੂੰ ਤੇਜ਼ੀ ਨਾਲ ਰੌਲਾ ਪਵਾਉਂਦੇ ਹੋਏ ਲੈ ਕੇ ਜਾ ਰਹੇ ਜੀ। ਮਸਲੈ ਹਾਥਨ ਸਾਥ ਕਨੇਰੇ, ਹਾਂਜੀ ਬਸਤਰਨ ਸੰਗ ਅਸ਼ਦ ਤਹੇਰੇ, ਲੋਕ ਅੱਖਾਂ ਪੁੰਜਣ ਵਿੱਚ ਪਏ, ਸਿਪਾਹੀ ਵੀ ਲਾਗੇ ਖਲੋਤੇ, ਮਹਾਰਾਜ ਦੇ ਧੜ ਲਾਗੇ, ਤੇ ਧੜ ਦੇ ਲਾਗੇ ਵੀ ਬੜੀ ਹਵਾ ਚੱਲ ਰਹੀ ਹੈ। ਹਾਂਜੀ ਆਤਪ ਮੰਦ ਭਈ ਸਭ ਠੌਰਾ, ਤੇ ਸਾਧ ਸੰਗਤ ਜੀ ਸ਼ਾਮ ਦਾ ਹੌਲੀ ਹੌਲੀ ਸਮਾਂ ਹੋ ਰਿਹਾ, ਗੱਜ ਕੇ ਆਖੋ। ਕੱਲ ਵੀ ਬੇਨਤੀ ਕੀਤੀ ਵੀ ਜਦੋਂ ਹਨੇਰੀ ਚੱਲਦੀ ਹੈ ਨਾ ਤੇ ਤਕਰੀਬਨ ਜਿਹੜੀ ਧੁੱਪ ਹੈ ਉਹ ਦੂਰ ਹੋ ਜਾਂਦੀ ਜੀ, ਸ਼ਾਮ ਦਾ ਸਮਾਂ ਨੇੜੇ ਹੋ ਗਿਆ ਜੀ। ਹਾਂਜੀ ਸ਼ਾਮ ਦਾ ਸਮਾਂ ਹੋ ਗਿਆ, ਉਧਰੋਂ ਜਿਹੜੇ ਬਲਦ ਨੇ ਬੜਾ ਰੌਲਾ ਪਵਾਉਂਦੇ ਹੋਏ ਲੁਬਾਣੇ ਬਲਦ ਲੈ ਕੇ ਆ ਰਹੇ ਆਪਣੇ ਸਾਰੇ। ਹਾਂਜੀ ਸੂਧੇ ਚੱਲ ਬਾਜ਼ਾਰ ਕੋ ਆਏ, ਲੋਕ ਬਾਜ਼ਾਰ ਚੋਂ ਪਰਾਂ ਪਰਾਂ ਹੋਈ ਜਾਂਦੇ ਜੀ, ਬਲਦ ਬੜੀ ਵੱਡੀ ਗਿਣਤੀ ਚ ਆ ਰਹੇ ਸਨ ਜੀ, ਤੇ ਸਿੱਧੇ ਬਾਜ਼ਾਰ ਨੂੰ ਵਿੱਚ ਆ ਰਹੇ ਜਿੱਥੇ ਮਾਲਕ ਸੱਚੇ ਪਾਤਸ਼ਾਹ ਜੀ ਦਾ ਧੜ ਪਿਆ।
ਦੇਖੇ ਨਰਨ ਬੈਲ ਸਮਦਾਏ ਇਤੁੱਤ ਟਰੇ ਕਾਲੀ ਪਾਏ ਆਪ ਆਪੇ ਕੋ ਗਏ ਬਚਾਏ ਬੋਲਤ ਉੱਚੇ ਬੈਲ ਹਟਾਵਤ ਤੇ ਹੁਣ ਤੇ ਉਹ ਲਬਾਣੇ ਜਾਣ ਜਾਣ ਕੇ ਉੱਚੀ ਉੱਚੀ ਬੋਲਣ ਲੱਗ ਪਏ ਜੀ ਜਿਵੇਂ ਕਿਸੇ ਦਾ ਧਿਆਨ ਨਹੀਂ ਹਟਾਈਦਾ ਜੀ ਉਵੇਂ ਉੱਚੀ ਉੱਚੀ ਬੋਲ ਕੇ ਨਾ ਜੀ ਤੇ ਧਿਆਨ ਹਟਾ ਰਹੇ ਜੀ ਸਾਰਿਆਂ ਦਾ ਧਿਆਨ ਇਧਰ ਉਧਰ ਕਰ ਰਹੇ ਨੇ ਹਾਂਜੀ ਕਾਰਾਗ੍ਰਹਿ ਬਾਜ਼ਾਰ ਕੋ ਜਾਵਤ ਤੇ ਕਰਦਿਆਂ ਕਰਦਿਆਂ ਉਹ ਕਾਰਾਗ੍ਰਹਿ ਵਾਲਾ ਜਿਹੜਾ ਬਾਜ਼ਾਰ ਹੈ ਜੀ ਜਿੱਥੇ ਮਹਾਰਾਜ ਸਾਹਿਬ ਦਾ ਧੜ ਪਿਆ ਹੌਲੀ ਹੌਲੀ ਲੁਬਾਣੇ ਤੇ ਬਲਦ ਉੱਥੇ ਪਹੁੰਚ ਰਹੇ ਜੀ ਸਾਰੇ ਹਾਂਜੀ ਚੌਂਕੀਦਾਰ ਸਿਪਾਹੀ ਖਰੇ ਹਾਂਜੀ ਗੁਰ ਕੀ ਲੋਥ ਬਿਲੋਕਨ ਕਰੇ ਤੇ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਸਾਹਿਬ ਜੀ ਦਾ ਸਰੀਰ ਪਿਆ ਜੀ ਚੌਂਕੀਦਾਰ ਸਿਪਾਹੀ ਸਾਰੇ ਉੱਥੇ ਸਰੀਰ ਦੇ ਲਾਗੇ ਖਲੋਤੇ ਪਏ ਜੀ ਹਾਂਜੀ ਕਹੇ ਸ਼ਾਹ ਕੇ ਨਹਿ ਸਸਕਾਰੀ ਛਪ ਕੇ ਲਿਹੇ ਨਾ ਸੇ ਰਖਵਾਰੀ ਬਾਦਸ਼ਾਹ ਨੇ ਕਿਹਾ ਸੀ ਸੰਸਕਾਰ ਨਹੀਂ ਕਰਨਾ ਜੀ ਇਸ ਕਰਕੇ ਸੰਸਕਾਰ ਵੀ ਨਹੀਂ ਅਜੇ ਤੱਕ ਕੀਤਾ ਜੀ ਕੋਈ ਸਰੀਰ ਚੁੱਕ ਕੇ ਨਾ ਲੈ ਜੇ ਉਹ ਵਿਚਾਰੇ ਇੱਕ ਟੱਕ ਉੱਥੇ ਰਾਖੀ ਕਰ ਰਹੇ ਪਰ ਸਾਧ ਸੰਗਤ ਹਨੇਰੀ ਚੱਲ ਰਹੀ ਜਿਹਦੇ ਕਰਕੇ ਉਹ ਵੀ ਵਿਵਸ਼ ਨੇ ਹਾਂਜੀ ਥੋੜੇ ਦਿਵਸ ਰਹੇ ਉਹ ਤਬ ਆਏ ਕਰਦਿਆਂ ਕਰਦਿਆਂ ਦਿਨ ਥੋੜਾ ਜਿਹਾ ਰਹਿ ਗਿਆ ਸ਼ਾਮ ਪੈਣੀ ਆਰੰਭ ਹੋ ਗਈ ਤੇ ਥੋੜੇ ਜੇ ਸਮੇਂ ਚ ਰਾਤ ਪੈ ਜਾਣੀ ਸੀਗੀ ਜੀ ਹਾਂਜੀ ਭਾਈ ਭੀਰ ਬ੍ਰਿਖਬਨ ਸਮਦਾਏ ਤੇ ਪੂਰੇ ਚੌਂਕ ਵਿੱਚ ਨਾ ਜੀ ਬਲਦਾਂ ਦੀ ਭੀੜ ਇਕੱਠੀ ਹੋ ਗਈ ਜੀ ਭੀੜ ਦੀ ਬਹੁਤ ਸਾਰੇ ਬਲਦਾਂ ਦੀ ਭੀੜ ਇਕੱਠੀ ਹੋ ਗਈ ਗੱਡੇ ਤੋਂ ਉੱਥੇ ਪਹਿਲਾਂ ਹੀ ਰੂਹ ਨਾਲ ਭਰੇ ਰੱਖੇ ਸੀਗੇ ਜੀ ਉਹਨਾਂ ਨੇ ਤੇ ਬਲਦਾਂ ਦੀ ਭੀੜ ਇਕੱਠੀ ਹੋ ਗਈ ਜੀ ਉੱਥੇ ਹਾਂਜੀ ਇਤ ਉਤ ਕਰਤ ਬਿਰੰਦ ਬਣ ਜਾ ਰਹੇ ਤੇ ਜਾਣ ਕੇ ਹੀ ਉਹ ਜਿਹੜੇ ਬਣ ਜਾ ਰਹੇ ਸਨ ਲੁਬਾਣੇ ਸਾਰੇ ਉਹ ਜਾਣ ਬੁੱਝ ਕੇ ਨਾ ਜੀ ਉਹ ਬਲਦਾਂ ਨੂੰ ਥੋੜਾ ਜਿਹਾ ਖੁੱਲਿਆਂ ਛੱਡ ਦੇਣ ਜੀ ਸਿਪਾਹੀ ਡਰਦੇ ਹੋਏ ਕਦੀ ਇੱਧਰ ਹੋਣ ਕਦੀ ਇੱਧਰ ਹੋਣ ਜੀ ਬਲਦਾਂ ਨੂੰ ਇੰਨੀ ਟ੍ਰੇਨਿੰਗ ਦਿੱਤੀ ਸੀਗੀ ਵੀ ਬਲਦ ਇਸ ਤਰ੍ਹਾਂ ਕਰਨ ਜਿਵੇਂ ਮੱਛਰੇ ਹੋਣ ਜੀ ਬਲਦ ਜੀ ਸਾਰੇ ਜੀ ਹਾਂਜੀ ਪਹੁੰਚੇ ਗੁਰ ਧਰ ਜਾਹੇ ਨਿਹਾਰੇ ਹਾਂਜੀ ਮਿਲ ਬੈਲਨ ਤਹਿ ਲਓ ਚੱਲ ਗਏ ਤੇ ਗੁਰਮੁਖੋ ਬੈਲ ਆ ਗਏ ਉਹ ਲਾਗੇ ਹਿੱਕਣ ਲੱਗ ਪਏ ਜੀ ਉੱਚੀ ਉੱਚੀ ਆਪਸ ਚ ਗੱਲਾਂ ਕਰਨ ਲੱਗ ਪਏ ਰੌਲਾ ਪਾ ਦਿੱਤਾ ਜੀ ਉਧਰੋਂ ਹਨੇਰੀ ਚੱਲ ਰਹੀ ਸੀਗੀ ਜੀ ਹਾਂਜੀ ਹੇਤ ਉਠਾਵਨ ਕੇ ਹੱਠ ਕੀਏ ਤੇ ਹੁਣ ਆਪਸ ਵਿੱਚ ਸਾਰਿਆਂ ਨੇ ਵਿਉਂਤ ਬੱਧੀ ਕੀਤੀ ਹੈ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਸਿਪਾਹੀਆਂ ਨੂੰ ਪਰਿਆਂ ਕੀਤਾ ਜਾਵੇ ਤੇ ਸਤਿਗੁਰੂ ਜੀ ਦਾ ਪਵਿੱਤਰ ਜਿਹੜਾ ਸਰੀਰ ਹੈ ਉਹ ਚੁੱਕ ਕੇ ਗੱਡੇ ਵਿੱਚ ਰੱਖਿਆ ਜਾਏ ਜੀ ਜਿਸ ਗੱਡੇ ਵਿੱਚ ਸਤਿਗੁਰੂ ਜੀ ਦਾ ਸਰੀਰ ਰੱਖਣਾ ਸੀ ਨਾ ਉਹ ਗੱਡੇ ਨੂੰ ਚਲਾਉਣ ਵਾਲੇ ਖੁਦ ਲੱਖੀ ਸ਼ਾਹ ਜੀ ਆਪ ਸਨ ਜੀ ਲੱਖੀ ਸ਼ਾਹ ਜੀ ਦੇ ਅੰਦਰ ਦੀ ਭਾਵਨਾ ਸੀਗੀ ਕਿ ਮਾਨੋ ਸਤਿਗੁਰੂ ਦੀ ਯਾਤਰਾ ਜਾਣੀ ਹੋਵੇ ਅਤੇ ਉਸ ਰੱਥ ਦਾ ਜਿਵੇਂ ਆਮ ਗੱਡੀ ਚੱਲਦੀ ਤਾਂ ਡਰਾਈਵਰ ਕੋਈ ਬਣਦਾ ਜੀ ਮਾਨੋ ਆਹ ਜਿਹੜੀ ਸੇਵਾ ਨਾ ਇਹ ਮੈਂ ਕਰਨੀ ਹੈ ਜੀ ਉਹ ਪਹਿਲਾਂ ਹੀ ਉੱਥੇ ਬੈਠੇ ਸੀਗੇ ਸਾਥੀਆਂ ਨੂੰ ਸਮਝਾਇਆ ਸੀ ਹੁਣ ਉਹ ਸੋਚ ਰਹੇ ਵੀ ਸਿਪਾਹੀ ਇੱਧਰ ਉੱਧਰ ਹੋਣ ਅਤੇ ਆਪਾਂ ਮਹਾਰਾਜ ਦਾ ਸਰੀਰ ਚੁੱਕ ਕੇ ਅਤੇ ਗੱਡੇ ਵਿੱਚ ਰੱਖ ਦਈਏ ਜੀ ਹਾਂਜੀ ਹੇਰ ਭੀਰ ਬ੍ਰਿਖਬਨ ਕੀ ਬੜੀ ਹਾਂਜੀ ਰਾਖੇ ਆਪਣ ਥਾਨ ਕੋ ਛੱਡੀ ਤੇ ਗੁਰਮੁਖੋ ਗੱਜ ਕੇ ਆਖੋ ਸਾਰੇ ਜਦੋਂ ਐ ਬਲਦਾਂ ਦੀ ਭੀੜ ਆਸੇ ਪਾਸੇ ਪੈ ਗਈ ਨਾ ਜੀ ਅਤੇ ਜਿਹੜੇ ਰਾਖੇ ਸੀਗੇ ਜੀ ਭਾਵ ਸਿਪਾਹੀ ਸਰੀਰ ਦੀ ਰੱਖਿਆ ਕਰਨ ਵਾਲੇ ਧਿਆਨ ਰੱਖਣ ਵਾਲੇ ਰਾਖੀ ਰੱਖਣ ਵਾਲੇ ਉਹ ਬਲਦ ਉਹਨਾਂ ਥੋੜ੍ਹੇ ਜਿਹੇ ਛੱਡ ਦਿੱਤੇ ਜੀ ਬਲਦ ਉਹਨਾਂ ਵੱਲ ਹੋ ਗਏ ਮਾਨੋ ਬਲਦਾਂ ਨੂੰ ਵੀ ਪਰਮੇਸ਼ਰ ਨੇ ਪ੍ਰੇਰਿਆ ਹੋਵੇ ਉਹਨਾਂ ਨੂੰ ਆਪਣੀ ਥਾਂ ਛੱਡਣੀ ਪਈ ਜੀ ਉੱਥੋਂ ਜੀ ਸਿਪਾਹੀਆਂ ਨੂੰ ਆਸੇ ਪਾਸੇ ਹੋਣਾ ਪਿਆ ਜੀ ਹਾਂਜੀ ਸਕਟਨ ਕੇ ਗਡਵਾਨ ਪੁਕਾਰਤ ਹਾਂਜੀ ਗਨ ਬਨ ਜਾ ਰਹੇ ਊਚ ਉਚਾਰਤ ਉਧਰੋਂ ਜਾਣ ਬੁੱਝ ਕੇ ਹੀ ਲੁਬਾਣੇ ਜਿਹੜੇ ਨਾ ਉੱਚੀ ਉੱਚੀ ਬੋਲਣ ਲੱਗ ਪਏ ਜੀ ਬਾਜ਼ਾਰ ਵਿੱਚ ਜਾ ਕੇ ਇੱਕ ਦੂਜੇ ਨੂੰ ਆਵਾਜ਼ਾਂ ਮਾਰਨ ਲੱਗ ਪਏ ਵੀ ਸਾਰਿਆਂ ਦਾ ਧਿਆਨ ਇੱਧਰ ਉੱਧਰ ਹੋ ਜਾਏ ਲੋਕਾਂ ਦਾ ਧਿਆਨ ਇੱਧਰ ਉੱਧਰ ਹੋ ਜਾਏ ਫਿਰ ਬੇਨਤੀ ਹੈ ਸਖਤ ਪਹਿਰੇ ਦੇ ਵਿੱਚੋਂ ਮਹਾਰਾਜ ਦਾ ਸਰੀਰ ਲੈ ਕੇ ਜਾਣਾ ਸੌਖੀ ਗੱਲ ਨਹੀਂ ਸੀ ਹੈਗੀ ਸਾਧ ਸੰਗਤ ਜਾਣ ਬੁੱਝ ਕੇ ਇੱਕ ਦੂਜੇ ਦਾ ਨਾਮ ਲੈ ਕੇ ਨਾ ਉੱਚੀ ਉੱਚੀ ਆਵਾਜ਼ਾਂ ਮਾਰਨ ਦੀ ਉਹ ਸਿਪਾਹੀ ਇੱਕ ਦੂਜੇ ਉਧਰ ਵੱਲ ਵੇਖਣ ਲੱਗ ਪਏ ਜੀ ਹਾਂਜੀ ਗਰਦ ਉੱਡਣ ਤੇ ਸ਼ਾਦੇ ਨੈਣ ਉਧਰੋਂ ਘੱਟਾ ਉੱਡ ਰਿਹਾ ਸੀਗਾ
ਰੱਬ ਦੀ ਨੇਤ ਪਰਮੇਸ਼ਰ ਦੀ ਮਰਜ਼ੀ ਹਨੇਰੀ ਵੀ ਪੂਰੀ ਚੱਲ ਰਹੀ ਸੀਗੀ ਜੀ, ਅੱਖਾਂ ਵਿੱਚ ਧੂੜ ਪੈ ਰਹੀ ਸੀਗੀ। ਹਾਂਜੀ, ਗਏ ਨਿਕਟ ਹਟ ਹਟ ਕਹਿ ਬੈਨ, ਜੈ ਗੁਰਮੁਖੋ ਹਟੋ ਹਟੋ ਸਾਰੇ ਬੋਲ ਬੋਲੀ ਜਾਂਦੇ ਜੀ। ਉਹ ਬਲਦਾਂ ਨੂੰ ਵੀ ਹੱਟ ਹੱਟ ਆਖੀ ਜਾਂਦੇ ਜੀ, ਕੋਈ ਬੰਦਿਆਂ ਨੂੰ ਹੱਟ ਹੱਟ ਆਖੀ ਜਾਂਦਾ ਜੀ, ਸਮਝ ਨਹੀਂ ਸੀ ਆ ਰਹੀ ਜੀ ਉੱਥੇ। ਹਾਂਜੀ, ਦਾਵ ਤਕਾਏ ਸਕਲ ਦਿਸ਼ ਦੇਖਾ, ਹਾਂਜੀ ਗੁਰ ਮਾਇਆ ਬਿਰਮਾਏ ਅਸ਼ੇਖਾ, ਗੱਜ ਕੇ ਆਖੋ ਵਾਹਿਗੁਰੂ। ਜਦੋਂ ਐ ਸਾਰੇ ਸਿਪਾਹੀ ਇੱਧਰ ਉੱਧਰ ਹੋ ਗਏ, ਗੁਰੂ ਸਾਹਿਬ ਨੇ ਕਲਾ ਵਰਤਾਈ ਤੇ ਲੁਬਾਣੇ ਜਿਹੜੇ ਸਨ ਨਾ ਜੀ, ਲੱਖੀ ਸ਼ਾਹ ਜੀ ਤੇ ਪਹਿਲਾਂ ਹੀ ਗੱਡੇ ਦੇ ਡਰਾਈਵਰ ਬਣੇ ਹੋਏ ਸੀਗੇ, ਮਾਫ ਕਰਿਓ, ਉਹ ਪਹਿਲਾਂ ਹੀ ਗੱਡੇ ਤੇ ਬੈਠੇ ਸੀ, ਗੱਡਾ ਦੜਾ ਕੇ ਖੜਨਾ ਸੀਗਾ ਜੀ ਉਹਨਾਂ ਨੇ। ਤੇ ਗੁਰਮੁਖੋ ਮਹਾਰਾਜ ਨੇ ਮਾਇਆ ਵਰਤਾਈ, ਕਿਸੇ ਸਿਪਾਹੀ ਨੂੰ ਨਜ਼ਰ ਆਉਣਾ ਸਾਰਿਆਂ ਨੂੰ ਬੰਦ ਹੋ ਗਿਆ ਜੀ ਉੱਥੇ ਜੀ, ਨਜ਼ਰ ਆਉਣਾ ਬੰਦ ਹੋ ਗਿਆ। ਹਾਂਜੀ, ਧਾਰ ਦਿਸ਼ ਦ੍ਰਿਸ਼ ਨਾ ਕਿਸੇ ਹੇਰੀ, ਬਸ ਫਿਰ ਨੀ ਉਹਨਾਂ ਨੇ ਕਿਸੇ ਵੱਲ ਵੇਖਿਆ, ਸਿਪਾਹੀਆਂ ਨੇ ਧੜ ਵਾਲੇ ਪਾਸੇ ਨੀ ਵੇਖਿਆ ਜੀ, ਉਸ ਪਾਸੇ ਉਹਨਾਂ ਦਾ ਧਿਆਨ ਨੀ ਗਿਆ। ਹਾਂਜੀ, ਨਰ ਪੰਚੋਂ ਉਚਾਏ ਤੇ ਸਬੇਰੀ, ਤੇ ਪੰਜ ਸਿੱਖ ਆਖਿਆ ਸੀਗਾ ਲੱਖੀ ਸ਼ਾਹ ਨੇ ਵੀ, ਪੰਜ ਸਿੱਖ ਲੱਗੇ ਹੋ ਮਹਾਰਾਜ ਦਾ ਧੜ ਚੁੱਕਣ ਵਾਸਤੇ ਜੀ, ਸਤ ਸੰਗਤ ਜੀ ਪੰਜ ਸਿੱਖ ਲੱਗੇ, ਇਹ ਵੀ ਉਹਨਾਂ ਦੀ ਕੋਈ ਵੱਡੇ ਭਾਗ ਹੋਣਗੇ, ਜਿਸ ਧੜ ਤੇ ਮੇਰੇ ਸਤਿਗੁਰੂ ਦਾ ਸੀਸ ਨਹੀਂ ਹੈਗਾ ਜੀ, ਕੱਲਾ ਧੜ ਹੀ ਹੈ। ਉਹਨਾਂ ਧੜ ਲਿਆ ਤੇ ਛੇਤੀ ਦੇ ਨਾਲ ਧੜ ਚੁੱਕ ਕੇ ਗੱਡੇ ਵਿੱਚ ਰੱਖ ਦਿੱਤਾ ਜੀ ਧੜ ਜੀ। ਹਾਂਜੀ, ਤਤਸ਼ਿਨ ਤੂਲ ਸਕਟ ਢਿੱਗ ਲਿਆਏ, ਹਾਂਜੀ ਭਲੀ ਪ੍ਰਕਾਰ ਬੀਚ ਪਹੁੜਾਏ, ਚੰਗੀ ਤਰ੍ਹਾਂ ਵਿੱਚ ਧੜ ਟਕਾ ਦਿੱਤਾ ਜੀ ਉਹਨਾਂ ਨੇ ਮਹਾਰਾਜ ਦਾ। ਹਾਂਜੀ, ਕਰ ਸ਼ੀਘਰਤਾ ਬੁੱਧ ਉਪਜਾਵੇ, ਇਤੁ ਤਹੇਰਤ ਸਰਬ ਦੁਰਾਵੇ, ਬੜਾ ਇੱਧਰ ਉੱਧਰ ਧਿਆਨ ਰੱਖ ਰਹੇ ਜੀ, ਕੋਈ ਆ ਕੇ ਸਾਨੂੰ ਵੇਖ ਨਾ ਲਏ, ਕੋਈ ਸਿਪਾਹੀ ਨਾ ਆ ਜੇ। ਹਾਂਜੀ, ਘਨੀ ਤੂਲ ਤੇ ਛਾਦਨ ਨੀਕੇ, ਤੇ ਗੁਰਮੁਖੋ ਘਨੀ ਤੂਲ ਤੇ ਛਾਦਨ ਨੀਕੇ, ਤੂਲ ਤੇ ਭਾਵ ਬਹੁਤ ਸਾਰਾ ਰੂੰ ਲੈ ਕੇ ਤੇ ਉਹਦੇ ਉੱਤੇ ਪਾ ਦਿੱਤਾ ਗਿਆ ਜੀ, ਮਹਾਰਾਜ ਦੇ ਧੜ ਉੱਤੇ ਪਾ ਦਿੱਤਾ ਗਿਆ, ਧੜ ਰੂੰ ਦੇ ਵਿੱਚ ਚੰਗੀ ਤਰ੍ਹਾਂ ਲੁਕਾ ਦਿੱਤਾ ਗਿਆ ਜੀ, ਮਹਾਰਾਜ ਦਾ ਧੜ ਨਾ ਜੀ ਰੂੰ ਦੇ ਵਿੱਚ ਚੰਗੀ ਤਰ੍ਹਾਂ ਲੁਕਾ ਦਿੱਤਾ ਗਿਆ। ਜਿਸ ਪ੍ਰਕਾਰ ਕੋ ਸਕੇ ਨਾ ਚੀਨੇ, ਸਮਝ ਨਾ ਸਕੇ ਵੀ ਧੜ ਵਿੱਚ ਕੀ ਹੈ, ਵੇਖਣ ਵਾਲੇ ਨੂੰ ਲੱਗੇ ਵੀ ਧੜ ਵਿੱਚ ਰੂੰ ਹੀ ਹੈ, ਇਸ ਤਰੀਕੇ ਨਾਲ ਤਿਆਰੀ ਕੀਤੀ ਗਈ। ਹਾਂਜੀ, ਮਨ ਹੀ ਮਨ ਮਨਾਏ ਉਰ ਧਰੇ, ਤੇ ਮਨ ਹੀ ਮਨ ਵਿੱਚ ਮਹਾਰਾਜ ਸਾਹਿਬ ਨੂੰ ਪੰਜ ਸਿੱਖ ਤੇ ਲੱਖੀ ਸ਼ਾਹ ਜੀ ਯਾਦ ਕਰ ਰਹੇ, ਗੱਜ ਕੇ ਆਖੋ। ਕੰਮ ਹੋ ਗਿਆ ਜੀ ਜਿਹੜਾ ਕਰਨਾ ਸੀਗਾ ਜੀ, ਪਰ ਅੱਧਾ ਹੀ ਕੰਮ ਹੋਇਆ ਅਜੇ, ਤੇ ਧੜ ਸਾਧ ਸੰਗਤ ਜੀ ਗੱਡੇ ਵਿੱਚ ਰੱਖਿਆ, ਗੱਡੇ ਨੂੰ ਘਰ ਪਹੁੰਚਾਉਣਾ ਤੇ ਘਰ ਜਾ ਕੇ ਧੜ ਦਾ ਸੰਸਕਾਰ ਕਰਨਾ ਜੀ, ਕੰਮ ਅੱਧਾ ਹੀ ਹੋਇਆ ਜੀ ਅਜੇ ਜੀ। ਹਾਂਜੀ, ਆਪਣੋ ਕਾਰਜ ਆਪ ਗੁਰ ਕਰੇ, ਅਰਦਾਸਾਂ ਕਰਨ ਦੇ ਹੇ ਸੱਚੇ ਪਾਤਸ਼ਾਹ ਇਹ ਕਾਰਜ ਤੁਹਾਡਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਕਾਰਜ ਆਪ ਹੀ ਕਰਵਾ ਲਿਓ ਜੀ, ਇਹ ਕੋਈ ਵੀ ਕਾਰਜ ਕਰਨਾ ਗੁਰੂ ਸਾਹਿਬ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹੀ ਰਹਿਣਾ ਚਾਹੀਦਾ ਸਾਧ ਸੰਗਤ। ਹਾਂਜੀ, ਕਰ ਬੰਧਨ ਕੋ ਹਟ ਕਰ ਗਏ, ਤੇ ਸਾਧ ਸੰਗਤ ਜਿਹਨਾਂ ਗੱਡੇ ਚ ਮਹਾਰਾਜ ਦਾ ਸਰੀਰ ਟਿਕਾਇਆ ਨਾ, ਉਹਨਾਂ ਉਸ ਗੱਡੇ ਨੂੰ ਵੀ ਮੱਥਾ ਟੇਕਿਆ ਜੀ, ਪੰਜਾਂ ਨੇ ਜੀ ਗੱਡੇ ਨੂੰ ਮੱਥਾ ਟੇਕਿਆ ਜੀ। ਹਾਂਜੀ, ਬੈਲਨ ਬੀਚ ਇਤ ਹੈ ਉਤ ਭਏ, ਤੇ ਆਪ ਬੈਲਾਂ ਦੇ ਵਿੱਚ ਇੱਧਰ ਉੱਧਰ ਵੜ ਗਏ ਤੇ ਪਤਾ ਨਾ ਲੱਗਾ ਜੀ, ਤੇ ਗੱਡੇ ਚ ਮਹਾਰਾਜ ਦਾ ਸਰੀਰ ਲੁਕਾ ਦਿੱਤਾ ਜੀ ਉਹਨਾਂ ਨੇ ਜੀ। ਕੱਲ ਵੀ ਬੇਨਤੀ ਕੀਤੀ, ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ ਤੇ ਇੱਕ ਨੇ ਲੁਕਾਇਆ ਜੀ, ਉਹ ਮਹਾਰਾਜ ਦਾ ਸਰੀਰ ਵਿੱਚ ਰੱਖ ਕੇ ਤੇ ਆਪ ਇੱਧਰ ਉੱਧਰ ਹੋ ਕੇ ਕਿਸੇ ਨੂੰ ਪਤਾ ਨਾ ਲੱਗਾ ਜੀ। ਹਾਂਜੀ, ਲਾਰਾ ਗਮਨਿਓ ਜਾਤ ਅਗਾਰੀ, ਹਾਂਜੀ ਹੰਕਤ ਜਾਤ ਬੋਲਤੇ ਭਾਰੀ, ਤੇ ਉਹਨਾਂ ਚਿਰ ਨੂੰ ਜਿਹੜੇ ਅਗਲੇ ਬੈਲ ਸੀ ਉਹ ਤੋਰ ਦਿੱਤੇ ਜੀ, ਅਗਲੇ ਗੱਡੇ ਤੋਰ ਤੇ, ਤੇ ਕਰਦਿਆਂ ਕਰਦਿਆਂ ਹੌਲੀ ਹੌਲੀ ਲੱਖੀ ਸ਼ਾਹ ਜੀ ਨੇ ਵੀ ਗੱਡਾ ਤੋਰ ਦਿੱਤਾ ਜੀ। ਹਾਂਜੀ, ਵਾਯੂ ਬ੍ਰਿਪਖਨ ਧੂਲ ਉਡਾਈ, ਹਨੇਰੀ ਚੱਲ ਰਹੀ ਸੀ ਉੱਤੋਂ ਬਲਦਾਂ ਦੇ ਤੁਰਨ ਕਰਕੇ ਵੀ ਧੂੜ ਉੱਡਣ ਲੱਗ ਪਈ ਜੀ, ਉਦੋਂ ਕਿਹੜਾ ਵਧੀਆ ਸੜਕਾਂ ਬਣੀਆਂ ਹੁੰਦੀਆਂ ਸੀ, ਆਮ ਹੀ ਰਾਹ ਹੁੰਦੇ ਸੀਗੇ ਜੀ,
ਹਾਂਜੀ ਸਭ ਕੀ ਦ੍ਰਿਸ਼ਟ ਬਿਲੋਚਨ ਛਾਈ, ਸਾਰਿਆਂ ਦੀਆਂ ਅੱਖਾਂ ਚ ਘੱਟਾ ਪਿਆ ਹੋਇਆ ਹੈਗਾ ਜੀ। ਹਾਂਜੀ ਪੁਰ ਕੇ ਪੌਰ ਨਿਕਸ ਜਬ ਗਏ, ਹਾਂਜੀ ਸਕਟ ਤਿਆਰ ਚਲਬੇ ਕੋ ਭਏ। ਗੁਰਮੁਖੋ ਨਗਰ ਦੇ ਦਰਵਾਜ਼ੇ ਤੇ ਹੌਲੀ ਹੌਲੀ ਬਾਹਰ ਵਾਲੇ ਪਾਸੇ ਹੋ ਗਏ ਜੀ ਉਹ ਸਾਰੇ ਜੀ, ਬਾਹਰ ਵਾਲੇ ਪਾਸੇ ਹੋ ਗਏ। ਅੱਜ ਵੀ ਵੇਖ ਲਓ ਗੁਰਦੁਆਰਾ ਸੀਸਗੰਜ ਸਾਹਿਬ ਇੱਕ ਪਾਸੇ ਹੈ ਜੀ। ਹਾਂਜੀ ਉਹ ਹੌਲੀ ਹੌਲੀ ਕਰਦਿਆਂ ਕਰਦਿਆਂ ਨਗਰ ਦੇ ਬਾਹਰ ਵਾਲੇ ਪਾਸੇ ਹੋ ਗਏ ਜੀ। ਹਾਂਜੀ ਆਏ ਸਿਪਾਹੀ ਦੇਖਣ ਲੱਗੇ, ਉਧਰੋਂ ਸਿਪਾਹੀ ਆ ਗਏ ਜੀ ਸਾਰੇ ਜੀ। ਹਾਂਜੀ ਸਤਿਗੁਰ ਕੋ ਧਾਰ ਲਖਿਓ ਨਾ ਆਗੇ, ਸੀਸ ਤੇ ਅੱਗੇ ਨਹੀਂ ਲੱਭ ਰਿਹਾ ਜੀ। ਉਤੋਂ ਉਹਨਾਂ ਵੇਖਿਆ ਵੀ ਹੁਣ ਧੜ ਵੀ ਨਹੀਂ ਹੈਗਾ ਇੱਥੇ ਜੀ। ਹਾਂਜੀ ਸਭਨ ਵੇਖਿਆ ਮਾਚਿਓ ਤਾਂ ਬਰੌਰਾ, ਸਾਰਿਆਂ ਦੇ ਵਿੱਚ ਰੌਲਾ ਪੈ ਗਿਆ ਵੀ ਧੜ ਕਿੱਥੇ ਚਲੇ ਗਿਆ ਇਕਦਮ। ਹਾਂਜੀ ਇੱਤ ਉੱਤ ਖੋਜਤ ਭੇ ਸਭ ਠੌਰਾ, ਇੱਧਰ ਉੱਧਰ ਖੋਜ ਰਹੇ ਨੇ ਲੱਭ ਰਹੇ ਨੇ ਪਰ ਹੁਣ ਧੜ ਵੀ ਨਹੀਂ ਲੱਭ ਰਿਹਾ ਸਾਧ ਸੰਗਤ ਜੀ, ਧੜ ਵੀ ਨਹੀਂ ਲੱਭ ਰਿਹਾ। ਹੁਣ ਫਿਰ ਅੱਗੋਂ ਸ਼ੱਕ ਤੇ ਉਹਨਾਂ ਨੂੰ ਹੋ ਗਿਆ ਜੀ ਵੀ ਉਹ ਜਿਹੜੇ ਬਲਦਾਂ ਵਾਲੇ ਗਏ ਨੇ ਨਾ ਉਹ ਹੀ ਧੜ ਲੈ ਕੇ ਗਏ, ਹੋਰ ਤੇ ਕੋਈ ਲਾਗੇ ਨਹੀਂ ਆਇਆ ਜੀ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੀ ਪੈਜ ਰੱਖਣੀ ਜੀ ਉੱਥੇ ਜੀ, ਬੜੇ ਕਮਾਲ ਦੇ ਨਾਲ ਮਾਰੋ ਨੇ ਉਹਨਾਂ ਦੀ ਪੈਜ ਰੱਖ ਲੈਣੀ ਜੀ। ਸਾਹਮਣੇ ਧੜ ਪਿਆ ਹੋਣਾ ਜੀ, ਸਭ ਕੁਝ ਹੋਣਾ ਜੀ, ਪਰ ਗੁਰੂ ਸਾਹਿਬ ਨੇ ਉਹਨਾਂ ਸਿੱਖਾਂ ਦੀ ਪੈਜ ਰੱਖਣੀ। ਉਹ ਪ੍ਰਸੰਗ ਆਪਾਂ ਕੱਲ੍ਹ ਨੂੰ ਸੁਣਾਂਗੇ ਜੀ। ਗੱਡੇ 'ਚ ਧੜ ਹੈ, ਗੱਡੇ ਵੀ ਸਿਪਾਹੀਆਂ ਨੇ ਖੋਲਣੇ ਜੀ, ਸਭ ਕੁਝ ਕਰਨਾ ਜੀ। ਮਹਾਰਾਜ ਕਿਵੇਂ ਇਹਨਾਂ ਦੀ ਪੈਜ ਰੱਖਦੇ ਜੀ, ਤੁਰਦੇ ਪਏ ਮਹਾਰਾਜ ਦਾ ਸਰੀਰ ਲੈ ਕੇ ਅਤੇ ਸਰੀਰ ਘਰ ਤੱਕ ਪਹੁੰਚਦਾ ਕਿਵੇਂ ਹੈ, ਰਸਤੇ 'ਚ ਕਈ ਕੁਝ ਹੋਣਾ, ਤਲਾਸ਼ੀਆਂ ਹੋਣੀਆਂ, ਕਈ ਕੁਝ ਹੋਣਾ ਜੀ, ਉਹ ਫਿਰ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਅਤੇ ਕਿਵੇਂ ਫਿਰ ਇਹ ਮਹਾਰਾਜ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕਰਦੇ ਜੀ, ਇਹ ਸਾਰੀ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਾਰੇ ਪ੍ਰੇਮ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਦੋ ਚਾਰ ਮਿੰਟ ਵਾਹਿਗੁਰੂ ਜਾਪ ਕਰਕੇ ਖੇਮਾ ਮੰਗੀਏ, ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰੋ। ਵੇਖ ਲਓ ਕਿੰਨੇ ਔਖੇ ਕੰਮ ਵਿੱਚ, ਇਹਦਾ ਮਤਲਬ ਜਿਹੜੀ ਸਿਪਾਹੀਆਂ ਦੇ ਅੱਖਾਂ 'ਚ ਘੱਟਾ ਪੈ ਰਿਹਾ, ਮਿੱਟੀ ਪੈ ਰਹੀ ਹੈ, ਉਹ ਬਾਕੀਆਂ ਦੇ ਅੱਖਾਂ ਵਿੱਚ ਵੀ ਤਾਂ ਪੈ ਰਹੀ ਹੋਏਗੀ ਨਾ ਜੀ। ਪਰ ਉਹਨਾਂ ਹਨੇਰੀ ਦੀ ਪਰਵਾਹ ਨਹੀਂ ਕੀਤੀ ਜੀ, ਬੜੀ ਵੱਡੀ ਸੇਵਾ ਸੀਗੀ ਜੀ ਇਹ ਸੇਵਾ ਫਿਰ ਉਹਨਾਂ ਨਿਭਾਈ। ਇਹਦੇ ਤੋਂ ਅੱਗੇ ਕੱਲ੍ਹ ਨੂੰ ਕਥਾ ਸਰਵਣ ਕਰਾਂਗੇ। ਨੇਤਰ ਕਰੋ ਬੰਦ, ਪ੍ਰੇਮ ਨਾਲ ਸਾਰੀ ਸੰਗਤ ਕਹੋ, ਲੱਕ ਸਿੱਧੇ ਕਰਕੇ ਸਾਵਧਾਨ ਹੋ ਕੇ ਬੈਠੋ ਸਾਰੇ, ਤੇ ਪ੍ਰੇਮ ਨਾਲ ਸਾਰੇ ਗੱਜ ਕੇ ਕਹੋ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
ਕਿਰਪਾ ਕਰਨ ਦਇਆ ਕਰਨ ਗੁਰੂ ਘਰ ਦੀ ਸੇਵਾ ਕਰਨ ਦਾ ਚਾਅ ਬਣੇ ਨਿਮਰਤਾ ਵਾਲਾ ਸੁਭਾਅ ਬਣੇ ਨਾਮ ਜਪਣ ਵਾਲਾ ਸਾਡਾ ਸੁਭਾਅ ਬਣੇ ਐਸੀ ਗੁਰੂ ਜੀ ਸਾਡੇ 'ਤੇ ਦਿਆਲਤਾ ਕਰਨ ਭਾਈ ਲੱਖੀ ਸ਼ਾਹ ਬਣਜਾਰਾ ਜੀ ਵਰਗੀ ਸਿੱਖੀ ਵੀ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਤਰਸ ਕਰਕੇ ਬਖਸ਼ਿਸ਼ ਕਰਨ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।